ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸ੍ਰੀ ਗੁਰ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵ, ਹਿਰਦੈ ਧਿਆਵ, ਸ੍ਰੀ ਗੁਰ ਰਾਮਦਾਸ ਗੁਣ ਗਾਵ, ਸ੍ਰੀ ਅਰਜਨ ਵਿਘਨਨ ਕੇ ਨਾਸ਼ਕ, ਵਿਘਨਨ ਕੇ ਨਾਸ਼ਕ, ਸ੍ਰੀ ਗੁਰ ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ, ਸ੍ਰੀ ਹਰ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ, ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕੇਰ ਪਾਲਾ ਜੀ, ਪਰਮ ਕੇਰ ਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ, ਬੰਦੋ ਬਾਰ ਬਾਰ ਜਗਦੀਸਾ, ਬੰਦੋ ਬਾਰ ਬਾਰ ਜਗਦੀਸਾ, ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਵੰਦਨਾ, ਸਿਰ ਚਰਨਨ ਪਰ ਤਾਰ, ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਕ ਜੈ ਰਾਮ ਪਨੇ ਅਭਿਰਾਮ, ਸੁਕਾਮਨ ਹੋਏ ਸੁਧਾਮ ਤੇ ਲੀਜੈ, ਜੇ ਜਗ ਕਾਜ ਸੁਪਾਜ ਸਮਾਜ, ਤੁਮੈ ਨਹਿ ਸਾਜਤ ਕਿਉ ਉਰ ਲੀਜੈ, ਲਾਜ ਭਰੇ ਮਹਾਰਾਜ ਵਿਸਾਰ, ਪਚੇ ਨਿਜ ਕਾਜਹਿ ਮੋਸਿਲ ਖੀਜੈ, ਬੈਠ ਰਹੋ ਜਸ ਨਾਮ ਕਹੋ, ਹਰ ਪ੍ਰੇਮ ਲਹੋ ਸੁਖ ਜਿਉ ਮੁਝ ਦੀਜੈ, ਵਾਕ ਜੈ ਰਾਮ ਭਨੇ ਅਭਿਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਨਿਵਾਜੀ ਹੋਈ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨ ਧੰਨ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਸੁੰਦਰ ਦੀਵਾਨ ਸਜ ਰਹੇ ਨੇ। ਆਪ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਰੋਜ਼ਾਨਾ ਦੀ ਤਰ੍ਹਾਂ ਸੰਧਿਆ ਵਗ ਦੇ ਸਜੇ ਹੋਏ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ, ਗੁਰੂ ਸਾਹਿਬ ਜੀ ਦੀਆਂ ਦਾਤਾਂ ਪ੍ਰਾਪਤ ਕਰ ਰਹੇ ਹੋ। ਆਪ ਜੀ ਨੇ ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਤੁਰਕੀ ਬਾਣੀ ਦਾ ਰਸਬਿੰਨਾ, ਬਾਣੀ ਦਾ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਸੋ ਹੁਣ ਇਸ ਪਾਵਨ ਸਥਾਨ ਤੇ ਹਰ ਰੋਜ਼ ਦੀ ਤਰ੍ਹਾਂ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਦਾ ਸਮਾਂ ਹੋਇਆ। ਧੰਨ ਧੰਨ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ
ਜੀਵਨ ਕੌਤਕਾਂ ਦਾ ਲੜੀਵਾਰ ਇਤਿਹਾਸ ਚੱਲ ਰਿਹਾ ਹੈ। ਪਿਛਲੇ ਦੀਵਾਨਾਂ ਵਿੱਚ ਆਪ ਜੀ ਨੇ ਕਥਾ ਸਰਵਣ ਕੀਤੀ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਅੰਤਰਜਾਮੀ ਸ੍ਰੀ ਕਰਤਾਰਪੁਰ ਸਾਹਿਬ ਤੋਂ ਸੁਲਤਾਨਪੁਰ ਸਾਹਿਬ ਵਿਖੇ ਸਤਿਕਾਰਯੋਗ ਭੈਣ ਬੇਬੇ ਨਾਨਕੀ ਜੀ ਦੇ ਕੋਲ ਪੁੱਜੇ ਨੇ, ਕਿਉਂਕਿ ਸ੍ਰੀ ਸੁਲਤਾਨਪੁਰ ਸਾਹਿਬ ਦੀ ਧਰਤੀ 'ਤੇ ਸਤਿਕਾਰਯੋਗ ਬੇਬੇ ਨਾਨਕੀ ਜੀ ਰਹਿ ਰਹੇ ਨੇ। ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਸ੍ਰੀ ਮਹਿਤਾ ਕਾਲੂ ਜੀ ਆਪ ਜੀ ਦੇ ਨਾਲ ਬਹੁਤਾ ਝਗੜਾ ਕਰਦੇ ਸਨ, ਵਾਰ ਵਾਰ ਇਹ ਸ਼ਬਦ ਕਹਿੰਦੇ ਸਨ ਕਿ ਇਹ ਬਾਲਕ ਸ੍ਰੀ ਨਾਨਕ ਦਾ ਜਦੋਂ ਤਾਂ ਜਨਮ ਹੋਇਆ ਘਰ ਵਿੱਚ, ਇਸ ਨੇ ਮੈਨੂੰ ਸੁੱਖ ਨਹੀਂ ਦਿੱਤਾ, ਇੱਕ ਵੀ ਕੌਡੀ ਮੈਨੂੰ ਜੋੜ ਕੇ ਘਰ ਵਿੱਚ ਨਹੀਂ ਦਿੱਤੀ, ਘਰ ਵਿੱਚ ਜੋ ਪਦਾਰਥ ਨੇ ਉਹਨਾਂ ਨੂੰ ਬਾਹਰ ਜਾ ਕੇ ਗਵਾ ਆਉਂਦਾ। ਇੱਕ ਦਿਨ ਪਿਤਾ ਜੀ ਨੇ 20 ਰੁਪਏ ਦਿੱਤੇ, ਉਹ ਵੀ ਜਾ ਕੇ ਬਾਹਰ ਲੰਗਰ ਲਾ ਦਿੱਤਾ, ਭੁੱਖੇ ਸਾਧੂਆਂ ਨੂੰ ਛਕਾ ਦਿੱਤੇ ਪਦਾਰਥ ਉਹਨਾਂ 20 ਰੁਪਿਆਂ ਦੇ, ਖਰਾ ਸੌਦਾ ਜਾ ਕੇ ਕਰ ਆਉਂਦਾ। ਸੋ ਜੋ ਰਾਜਾ ਰਾਏ ਬੁਲਾਰ ਹੈ ਉਸ ਨੇ ਸਮਝਾਇਆ ਸ੍ਰੀ ਮਹਿਤਾ ਕਾਲੂ ਜੀ ਨੂੰ ਕਿ ਤੁਸੀਂ ਇਸ ਤਰ੍ਹਾਂ ਕਰੋ, ਘਰ ਵਿੱਚ ਹਰ ਰੋਜ਼ ਝਗੜਾ ਰਹਿੰਦਾ, ਤੁਸੀਂ ਇਹਨਾਂ ਦੀ ਰਜਮ ਨੂੰ ਸਮਝ ਨਹੀਂ ਸਕੇ, ਤੁਸੀਂ ਜਾਣਦੇ ਹੋ ਕਿ ਦੁਨਿਆਵੀ ਮੇਰਾ ਪੁੱਤਰ ਹੈ, ਇਹ ਤਾਂ ਦੀਨ ਦੁਨੀ ਦਾ ਮਾਲਕ ਹੈ। ਰਾਏ ਬੁਲਾਰ ਨੇ ਸਮਝਾਇਆ ਕਿ ਇਸ ਨੂੰ ਇਸ ਦੀ ਭੈਣ ਬੇਬੇ ਨਾਨਕੀ ਜੀ ਦੇ ਕੋਲ ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਬਾਲਕ ਸ੍ਰੀ ਨਾਨਕ ਦੇਵ ਜੀ ਨੂੰ ਭੇਜ ਦਿਓ। ਸਾਰ ਸੰਗਤ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਸਾਹਿਬ ਤੋਂ ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਭੈਣ ਬੇਬੀ ਨਾਨਕੀ ਜੀ ਦੇ ਗ੍ਰਹਿ ਵਿਖੇ ਪੁੱਜੇ ਨੇ। ਬਹੁਤ ਸਤਿਕਾਰ ਮਾਣ ਬੇਬੇ ਨਾਨਕੀ ਜੀ ਨੇ ਕੀਤਾ ਹੈ। ਜਿਵੇਂ ਆਪ ਜੀ ਨੇ ਸੁਣਿਆ ਕਿ ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪੁੱਜੇ ਨੇ ਤਾਂ ਭੈਣ ਬੇਬੇ ਨਾਨਕੀ ਜੀ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤਾਂ ਸਤਿਗੁਰਾਂ ਦੇ ਸ਼ਬਦ ਸਨ, ਭੈਣ ਬੇਬੇ ਨਾਨਕੀ ਜੀ, ਇਹ ਤੁਹਾਨੂੰ ਯੋਗ ਨਹੀਂ ਕਿ ਸਾਡੇ ਅੱਗੇ ਤੁਸੀਂ ਮੱਥਾ ਟੇਕਣਾ, ਤੁਸੀਂ ਮੇਰੇ ਨਾਲ ਉਮਰ ਕਰਕੇ ਵੱਡੇ ਹੋ। ਤਾਂ ਬੇਬੇ ਨਾਨਕੀ ਜੀ ਨੇ ਆਖਿਆ ਸੀ, ਤੁਸੀਂ ਮੇਰੇ ਭਰਾ ਨਹੀਂ, ਤੁਸੀਂ ਤਾਂ ਸਾਰੇ ਜਗ ਦੇ ਈਸ਼ਰੋ ਮਾਲਕ ਹੋ। ਮੈਂ ਇਹ ਭਾਵਨਾ ਦੇ ਨਾਲ ਆਪ ਜੀ ਦੇ ਦਰਸ਼ਨ ਕਰਦੀ ਹਾਂ। ਮੈਂ ਤਾਂ ਬਹੁਤ ਵੱਡੇ ਭਾਗਾਂ ਵਾਲੀ ਹਾਂ ਕਿ ਆਪ ਜੀ ਨੇ ਕਿਰਪਾ ਕਰਕੇ ਘਰ ਵਿੱਚ ਦਰਸ਼ਨ ਬਖਸ਼ੇ ਨੇ। ਇਹਨੇ ਨੂੰ ਸ੍ਰੀ ਜੈ ਰਾਮ ਜੀ ਆਏ ਤਾਂ ਭਾਈ ਜੈ ਰਾਮ ਜੀ ਨੇ ਬਹੁਤ ਆਦਰ ਮਾਣ ਸਤਿਕਾਰ ਕੀਤਾ ਆਪ ਜੀ ਦਾ, ਬਹੁਤ ਪਿਆਰ ਵਾਲੇ ਸ਼ਬਦ ਕਹੇ ਕਿ ਧੰਨ ਭਾਗ ਹੋ, ਆਪ ਜੀ ਨੇ ਕਿਰਪਾ ਕਰਕੇ ਦਰਸ਼ਨ ਦਿੱਤੇ ਨੇ, ਮੈਂ ਵਡਭਾਗੀ ਹਾਂ। ਸੋ ਸਾਰ ਸੰਗਤ, ਸ੍ਰੀ ਜੈ ਰਾਮ ਜੀ ਨੇ ਸ਼ਬਦ ਕਹੇ ਕਿ ਘਰ ਵਿੱਚ ਆਨੰਦ ਸਹਿਤ ਰਹੋ, ਮਨ ਭਾਉਂਦਾ ਖਾਓ, ਮਨ ਭਾਉਂਦਾ ਪਹਿਨੋ, ਆਰਾਮ ਕਰੋ, ਰੱਬ ਦੀ ਬੰਦਗੀ ਵਿੱਚ ਜੁੜੋ। ਤਾਂ ਇੱਕ ਦਿਨ ਬੇਬੇ ਨਾਨਕੀ ਜੀ ਦੇ ਕੋਲ ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਭੈਣ ਜੀ ਵੇਖੋ, ਸਿਆਣਿਆਂ ਦਾ ਇਹ ਕਹਿਣਾ ਹੈ ਕਿ ਕੰਮ ਕਾਰਜ ਬਿਨਾਂ ਮਨੁੱਖ ਸੋਭਦਾ ਨਹੀਂ ਹੈ, ਮੇਰਾ ਫਰਜ਼ ਵੀ ਬਣਦਾ ਹੈ ਕਿ ਮੈਂ ਕੰਮ ਕਰਾਂ, ਇੱਥੇ ਵਿਹਲਾ ਰਹਿਣਾ ਮੇਰਾ ਠੀਕ ਨਹੀਂ। ਤਾਂ ਇਹਨੇ ਨੂੰ ਬਾਹਰੋਂ ਜੈ ਰਾਮ ਜੀ ਵੀ ਆ ਗਏ ਤਾਂ ਬੇਬੇ ਨਾਨਕੀ ਜੀ ਨੇ ਭਾਈ ਜੈ ਰਾਮ ਜੀ ਨੂੰ ਸਾਰਾ ਕੁਝ ਦੱਸਿਆ। ਤਾਂ ਇਹ ਸੁਣ ਕੇ ਭਾਈ ਜੈ ਰਾਮ ਜੀ ਨੇ ਆਖਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰੇ ਦੁਨੀਆਂ ਦੇ ਮਾਲਕ ਹੋ, ਜਗ ਦੇ ਈਸ਼ਰ ਹੋ, ਇਹ ਗੱਲ ਠੀਕ ਨਹੀਂ। ਤੁਸੀਂ ਮਨ ਪਾਉਂਦਾ ਖਾਓ, ਮਨ ਪਾਉਂਦਾ ਪਹਿਨੋ, ਜੋ ਵੀ ਲੋੜ ਹੈ ਘਰ ਵਿੱਚ ਪਦਾਰਥ ਚਾਹੋ ਲਓ, ਕੱਪੜਾ ਚਾਹੀਦਾ ਖਾਣ ਵਾਸਤੇ, ਜੋ ਤੁਸੀਂ ਚਾਹੁੰਦੇ ਹੋ ਛਕੋ, ਘਰ ਵਿੱਚ ਹੀ ਬੈਠ ਕੇ ਰੱਬ ਦਾ ਭਜਨ ਕਰੋ। ਇਹ ਵਿਚਾਰਾਂ ਭਾਈ ਜੈ ਰਾਮ ਅਤੇ ਸਤਿਕਾਰਯੋਗ ਬੇਬੇ ਨਾਨਕੀ ਜੀ ਹਨ, ਤੀਸਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ,
ਆਪਸ ਵਿੱਚ ਵਿਚਾਰਾਂ ਬਚਨ ਬਲਾਸ ਸ੍ਰੀ ਸੁਲਤਾਨਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਿਵੇਂ ਕਰ ਰਹੇ ਨੇ ਅੱਗੇ ਲੜੀਵਾਰ ਇਤਿਹਾਸ ਆ ਰਿਹਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਜੁੜ ਕੇ ਸਰਵਣ ਕਰੀਏ ਜੀ। ਵਾਕ ਜੈ ਰਾਮ ਭਣੇ ਅਭਿਰਾਮ। ਭਾਈ ਜੈ ਰਾਮ ਜੀ ਨੇ ਬਹੁਤ ਪਿਆਰ ਸਹਿਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬਚਨ ਕਹੇ। ਜੂ ਕਾਮਨਾ ਹੋਏ ਸੁਧਾਮ ਤੇ ਲੀਜੈ। ਭਾਈ ਜੈ ਰਾਮ ਜੀ ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਜੀ, ਜੋ ਤੁਹਾਡੇ ਮਨ ਵਿੱਚ ਕਾਮਨਾ ਇੱਛਾ ਹੈ ਉਹ ਤੁਸੀਂ ਘਰ ਵਿੱਚ ਲੈ ਲਓ। ਜੇ ਜਗ ਕਾਜ ਸੁਪਾਜ ਸਮਾਜ। ਜਿਹੜੇ ਜਗ ਦੇ ਕਾਰਜ ਨੇ ਗਰਜ ਸੰਸਾਰ ਦੇ ਕਾਰ ਵਿਹਾਰ ਹਨ। ਤੁਮੈ ਨਹਿ ਸਾਜਤ ਕਿਉਂ ਉਰਸ਼ੀਜੈ। ਤੁਸੀਂ ਕਿਉਂ ਮਨ ਵਿੱਚ ਇੱਛਾ ਕਰ ਲਈ ਹੈ ਕਿ ਮੈਂ ਵੀ ਕੰਮ ਕਰਾਂ, ਮੈਂ ਵੀ ਕੋਈ ਕਾਰਜ ਕਰਾਂ। ਤੁਸੀਂ ਤਾਂ ਸਾਰੇ ਜਗ ਦੇ ਮਾਲਕ ਹੋ, ਤੁਹਾਡੇ ਲਈ ਇਹ ਗੱਲ ਠੀਕ ਨਹੀਂ ਹੈ। ਲਾਜ ਭਰੇ ਮਹਾਰਾਜ ਵਿਸਾਰ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਭਾਈ ਜੈ ਰਾਮ ਜੀ ਦੇ ਕੋਲੋਂ ਸੁਣਿਆ ਤੇ ਕਹਿਣ ਲੱਗੇ, ਪਚੇ ਨਿਜ ਕਾਜਹਿ ਮੋਸੇ ਲਖੀਜੈ। ਤੇ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਜੈ ਰਾਮ ਜੀ ਨੇ ਆਖਿਆ ਕਿ ਮੈਂ ਤਾਂ ਕੰਮਾਂ ਕਾਰਜਾਂ ਦੇ ਵਿੱਚ ਧੰਦਿਆਂ ਵਿੱਚ ਫਸਿਆ ਹੀ ਹਾਂ। ਬੈਠ ਰਹੋ ਜਸ ਨਾਮ ਕਹੋ। ਤੁਸੀਂ ਘਰ ਵਿੱਚ ਬੈਠੋ ਕਿਉਂਕਿ ਮੈਂ ਤਾਂ ਕੰਮਾਂ ਕਾਰਜਾਂ ਵਿੱਚ ਫਸਿਆ ਹੋਇਆ, ਲੋਕ ਵੀ ਫਸੇ ਨੇ ਤੇ ਤੁਸੀਂ ਤਾਂ ਘਰ ਵਿੱਚ ਬੈਠ ਕੇ ਰੱਬ ਦਾ ਭਜਨ ਕਰੋ, ਸਿਮਰਨ ਕਰੋ। ਹਰ ਪ੍ਰੇਮ ਲਹੋ ਸੁਖ ਜੋ ਮੁਝ ਦੀਜੈ। ਹਰੀ ਦਾ ਪ੍ਰੇਮ ਲਹੋ, ਰੱਬ ਦਾ ਭਜਨ ਕਰੋ, ਆਨੰਦ ਸਹਿਤ ਘਰ ਵਿੱਚ ਬੈਠ ਕੇ ਰੱਬ ਦੀ ਬੰਦਗੀ ਭਜਨ ਸਿਮਰਨ ਕਰੋ। ਪੁੰਨ ਪੰਕਜ ਨੈਣ ਭਣੇ ਮੁਖ ਬੈਨ। ਧੰਨ ਕਮਲ ਸਰੀਖੇ ਨੇਤਰਾਂ ਵਾਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਜੈ ਰਾਮ ਜੀ ਦੇ ਕੋਲੋਂ ਇਹ ਸ਼ਬਦ ਸੁਣੇ ਤੇ ਕਹਿਣ ਲੱਗੇ, ਸੁਸਾ ਸੁਨ ਬੇਦ ਬਖਾਨਤ ਜੈਸੇ। ਉਸ ਵੇਲੇ ਸੁਣ ਕੇ ਭੈਣ ਬੇਬੇ ਨਾਨਕੀ ਜੀ ਦੇ ਕੋਲੋਂ ਅਤੇ ਭਾਈ ਜੈ ਰਾਮ ਜੀ ਦੇ ਕੋਲੋਂ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਆਪਣੇ ਕਮਲ ਸਰੀਖੇ ਮੁਖ ਤੋਂ ਬਚਨ ਕਹਿਣ ਲੱਗੇ, ਕਰ ਸੋ ਕਰ ਕਾਰ ਹਾਰ ਕਰੈ। ਤਾਂ ਕਹਿਣ ਲੱਗੇ ਪਾਤਸ਼ਾਹ ਜੀ ਕਹਿੰਦੇ, ਮੈਂ ਆਪਣੇ ਹੱਥਾਂ ਦੇ ਨਾਲ ਕੰਮ ਕਾਰਜ ਕਰਾਂਗਾ। ਕਿਰਤਾਰਥ ਦੇਹ ਕਰੈ ਨਰ ਐਸੇ। ਕਿਉਂਕਿ ਰੱਬ ਨੇ ਉਸ ਵਾਹਿਗੁਰੂ ਨੇ ਦੇਹ ਹੀ ਇਸ ਲਈ ਬਣਾਈ ਹੈ, ਸਰੀਰ ਬਣਾਇਆ ਹੈ ਕਿ ਹੱਥਾਂ ਦੇ ਨਾਲ ਕੰਮ ਆਦਿ ਕਰਨਾ। ਧਨ ਆਪ ਕਮਾਏ ਖਵਾਏ ਕਹਿ ਖਾਵਤ। ਆਪ ਧਨ ਦੀ ਕਮਾਈ ਕਰਨੀ, ਕਮਾ ਕੇ ਖਾਣਾ, ਦੂਸਰੇ ਨੂੰ ਕਮਾ ਕੇ ਖਵਾਉਣਾ ਅਤੇ ਰਸਨਾ ਦੇ ਨਾਲ ਉਸ ਵਾਹਿਗੁਰੂ ਦਾ ਭਜਨ ਕਰਨਾ, ਸਿਮਰਨ ਕਰਨਾ। ਭੋਜਨ ਸਾਧਨ ਸਾਧਨ ਦੈਸੇ। ਜਿਹੜਾ ਭੋਜਨ ਖਾਣਾ ਹੈ ਜਾਂ ਕੱਪੜੇ ਆਦਿਕ ਪਹਿਨਣੇ ਨੇ, ਆਪ ਕਮਾ ਕੇ ਖਾਣਾ ਤੇ ਦੂਸਰਿਆਂ ਨੂੰ ਭੁੱਖਿਆਂ ਨੂੰ ਖਵਾਉਣਾ, ਇਹ ਸੁਭਦਾ ਹੈ। ਕਰੁਣਾ ਕਰ ਸੰਤ ਉਦਾਰ ਕਰੈ। ਕਿਉਂਕਿ ਜਿਹੜੇ ਰੱਬ ਦੇ ਪਿਆਰੇ ਨੇ ਸੰਤ ਜਨ ਭਗਤ ਜਨ, ਜਿਹੜੇ ਜਗਿਆਸੂ ਨੇ ਰੱਬ ਦੇ ਪਿਆਰੇ ਭਜਨ ਬੰਦਗੀ ਕਰਨ ਵਾਲੇ, ਉਹ ਕਿਰਪਾ ਕਰਕੇ ਉਧਾਰ ਕਰਦੇ ਨੇ ਸੰਸਾਰ ਵਿੱਚ ਆ ਕੇ। ਭਵ ਪੀਤਰ ਫੇਰ ਨਾ ਆਵਤ ਕੈਸੇ। ਉਹ ਫਿਰ ਜਿਹੜੇ ਮਹਾਂਪੁਰਖ ਨੇ ਨਾ ਬਾਣੀ ਰੰਗ ਵਿੱਚ ਰਤੜੇ, ਉਹ ਭਜਨ ਕਰਦੇ ਨੇ, ਉਹ ਸਿਮਰਨ ਕਰਦੇ ਨੇ, ਉਹਨਾਂ ਦਾ ਫਿਰ ਸੰਸਾਰ ਵਿੱਚ ਆਉਣਾ ਜਾਣਾ ਨਹੀਂ ਹੁੰਦਾ। ਉਹ ਆਪ ਮੁਗਤ ਅਵਰਾ ਮੁਗਤ ਕਰਾਵੇ, ਆਪ ਮੁਗਤ ਹੁੰਦੇ ਨੇ ਤੇ ਹੋਰਨਾਂ ਨੂੰ ਮੁਗਤ ਕਰਕੇ ਸੰਸਾਰ ਤੋਂ ਚਲੇ ਜਾਂਦੇ ਨੇ। ਫਿਰ ਜੈ ਰਾਮ ਗਿਰਾ ਉਚਰੀ। ਜਦੋਂ ਵਾਰ ਵਾਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਿਹਾ ਕਿ ਅਸੀਂ ਕੰਮ ਕਾਰਜ ਸਾਨੂੰ ਕਰਨਾ ਬਣ ਆਉਂਦਾ ਹੈ, ਵਿਹਲੇ ਬਹਿਣਾ ਠੀਕ ਨਹੀਂ, ਹੱਥਾਂ ਦੇ ਨਾਲ ਕੰਮ ਕਰਨਾ ਹੈ ਤੇ ਰਸਨਾ ਦੇ ਨਾਲ ਬੰਦਗੀ ਕਰਨੀ। ਇਹ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਤਾਂ ਭਾਈ ਜੈ ਰਾਮ ਜੀ ਨੇ ਕਿਹਾ, ਤੁਮ ਆਇਸ ਮੋਹ ਮਨ ਹੈ ਅਨੁਸਾਰੀ। ਤਾਂ ਉਸ ਵੇਲੇ ਭਾਈ ਜੈ ਰਾਮ ਜੀ ਕਹਿਣ ਲੱਗੇ, ਇਸ ਲਈ ਤਾਂ ਮੈਂ ਵੀ ਇਹ ਗੱਲ ਚਾਹੁੰਦਾ ਹਾਂ, ਤੁਸੀਂ ਸਾਡੀ ਆਗਿਆ ਵਿੱਚ ਹੋ। ਮੋਰ ਸਕੋ ਨਾ ਕਹਿਓ ਤੁਮਰੋ। ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਮੈਂ ਤਾਂ ਤੁਹਾਡੀ ਆਗਿਆ ਵਿੱਚ ਹੀ ਹਾਂ,
ਜੋ ਤੁਸੀਂ ਕਹੋ ਉਹ ਮੈਂ ਮੋੜ ਨਹੀਂ ਸਕਦਾ। ਜਿਨ ਕੀ ਨੁੱਤ ਰਾਏ ਬੁਲਾਰ ਉਚਰੀ। ਭਾਈ ਜੈ ਰਾਮ ਜੀ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਜੀ ਮੈਂ ਤੁਹਾਡੇ ਅੱਗੇ ਆਗਿਆ ਵਿਚ ਹੀ ਹਾਂ, ਮੈਂ ਤੁਹਾਡੇ ਬਚਨਾਂ ਨੂੰ ਮੋੜ ਨਹੀਂ ਸਕਦਾ। ਤੁਹਾਡੀ ਵਡਿਆਈ ਤਾਂ ਰਾਜੇ ਰਾਏ ਬੁਲਾਰ ਵਰਗਿਆਂ ਨੇ ਵੀ ਆਖੀ ਹੈ। ਲੇਖਾ ਪੜੇ ਤੋ ਕਹੋ ਮੁਝਸੋ। ਇਸ ਲਈ ਜੇ ਤੁਸੀਂ ਲੇਖੇ ਦਾ ਕੰਮ ਕਾਰਜ ਲੇਖੇ ਜੋਖੇ ਦਾ ਕਰਨਾ ਚਾਹੁੰਦੇ ਹੋ ਤੇ ਮੈਨੂੰ ਦੱਸੋ। ਕਛ ਲੈ ਦਿਓ ਜੋ ਹੋਏ ਲੇਖੇ ਕੀ ਕਾਰੀ। ਜੇ ਕੋਈ ਲੇਖੇ ਦਾ ਕੰਮ ਕਰਨਾ ਚਾਹੁੰਦੇ ਹੋ ਲੇਖੇ ਜੋਖੇ ਆਲਾ, ਤੇ ਉਹ ਮੈਂ ਤੁਹਾਡੇ ਤੁਹਾਨੂੰ ਲੇਖੇ ਜੋਖੇ ਦਾ ਕੋਈ ਕੰਮ ਕਾਰਜ ਲੈ ਦਿੰਦਾ ਹਾਂ। ਹਉ ਸਭ ਜਾਣਤ ਭਾਤ ਹਿਸਾਬ ਕੀ। ਤੇ ਜੇ ਤੁਸੀਂ ਹਿਸਾਬ ਕਿਤਾਬ ਸਾਰਾ ਜਾਣਦੇ ਹੋ ਤੇ ਮੈਂ ਵੀ ਇਹ ਗੱਲ ਤਾਂ ਜਾਣਦਾ ਹਾਂ। ਜੇ ਤੁਸੀਂ ਚਾਹੁੰਦੇ ਹੋ ਲੇਖੇ ਜੋਖੇ ਦਾ ਕਾਰਜ ਇਹ ਮੈਂ ਲੈ ਦਿੰਦਾ ਹਾਂ। ਲੈਣੇ ਜੁ ਦੇਣੇ ਭਲੇ ਹੈ ਵਿਚਾਰੀ। ਲੈਣਾ ਕਿਸੇ ਨੂੰ ਤੇ ਅੱਗੇ ਦੇਣਾ ਉਸ ਵਿੱਚੋਂ ਕਮਾਈ ਕਰਨੀ ਇਹ ਬਹੁਤ ਚੰਗਾ ਕੰਮ ਹੈ। ਦੋਹਰਾ ਦੌਲਤ ਖਾਨ ਨਵਾਬ ਕੋ। ਸਰ ਸੰਗਤ ਜੀਓ, ਉਸ ਵੇਲੇ ਭਾਈ ਜੈ ਰਾਮ ਨੇ ਸ਼ਬਦ ਕਹੇ, ਕਹਿਣ ਲੱਗੇ ਜਿਹੜਾ ਇੱਥੋਂ ਦਾ ਸੁਲਤਾਨਪੁਰ ਦੇ ਰਹਿਣ ਵਾਲਾ ਨਵਾਬ ਦੌਲਤ ਖਾਂ ਹੈ, ਮੋਦੀ ਖਾਨਾ ਲਿਹੋ। ਉਸ ਕੋਲੋਂ ਆਪਾਂ ਇੱਕ ਮੋਦੀ ਖਾਨਾ ਲੈ ਲੈਨੇ ਹਾਂ ਤੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਮੋਦੀ ਖਾਨੇ ਦੀ ਸਾਰੀ ਕਾਰ ਕਰਿਓ। ਤੁਮ ਤੇ ਹੋਏ ਨਿਭਾਹੇ ਜੇ। ਜੇਕਰ ਤੁਹਾਡੇ ਕੋਲੋਂ ਮੋਦੀ ਖਾਨੇ ਦਾ ਕਾਰਜ ਚੱਲ ਪਿਆ, ਨਿਭਾਹ ਹੋ ਗਿਆ, ਕਰੋ ਕਾਜ ਸੁਭ ਇਹ। ਜਿਹੜਾ ਸੁਭ ਕੰਮ ਹੈ ਤੁਸੀਂ ਕਰਨਾ ਕਰਿਓ। ਕਬਿਤ ਭਾਖੀ ਜੋ ਜੈ ਰਾਮ ਸੋ ਨਾਨਕ ਜੀ ਮਾਨ ਮਨ। ਜੋ ਭਾਈ ਜੈ ਰਾਮ ਜੀ ਨੇ ਕਿਹਾ ਉਹ ਸ਼ਬਦ ਹੀ ਗੁਰੂ ਨਾਨਕ ਸਾਹਿਬ ਜੀ ਨੇ ਮੰਨ ਲਏ। ਕਹਿਣ ਲੱਗੇ ਹਾਂ ਇਹ ਠੀਕ ਹੈ, ਅਸੀਂ ਮੋਦੀ ਖਾਨੇ ਦਾ ਸਾਰਾ ਕੰਮ ਕਰ ਲਵਾਂਗੇ। ਕਹੇ ਕਰਤਾਰ ਨਿਰਵਾਹੈ ਮੋਹੇ ਕਾਜ ਕੋ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਤਾਂ ਕੀ ਕਰਨਾ, ਤਾਂ ਰੱਬ ਨੇ ਉਸ ਵਾਹਿਗੁਰੂ ਨੇ ਕਰਤਾਰ ਨੇ ਹੀ ਸਾਰਾ ਕਰਾਉਣਾ ਹੈ। ਦੀਨ ਬੰਦ ਦਇਆ ਨਿਧ ਸਦਾ ਹੀ ਪ੍ਰਸਿੱਧ ਸਾਰੇ। ਕਿਉਂਕਿ ਉਹ ਦੀਨਾਂ ਦੇ ਬੰਧੂ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਤੇ ਰਹਿਮਤ ਕਰਨ ਵਾਲੇ ਹਨ, ਉਹਨਾਂ ਨੇ ਸਾਰਾ ਕਰਾਉਣਾ ਹੈ। ਸੰਤਨ ਸਹਾਈ ਰੱਖੈ ਨਿਜ ਨਾਮ ਲਾਜ ਕੋ। ਕਿਉਂਕਿ ਉਹ ਵਾਹਿਗੁਰੂ ਸੰਤਾਂ ਦਾ ਸਹਾਈ ਹੈ, ਆਪਣੇ ਨਾਮ ਦੀ ਲੱਜਿਆ ਰੱਖੇਗਾ। ਭਾਖਤ ਜੈ ਰਾਮ ਤੁਮ ਪਾਸ ਹੋਏ ਆਵੇ ਕਾਮ। ਉਸ ਵੇਲੇ ਭਾਈ ਜੈ ਰਾਮ ਜੀ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਸਾਰਾ ਇਹ ਕਾਰਜ ਮੋਦੀ ਖਾਨੇ ਦਾ ਕਰ ਸਕਦੇ ਹੋ। ਹਿਰਦੇ ਮੈਂ ਵਿਚਾਰੋ ਜਾਣੋ ਬਹੁਤ ਸਮਾਜ ਕੋ। ਮੈਂ ਇਹ ਸਮਾਜ ਦੇ ਵਿੱਚ ਸਾਰਾ ਜਾਣਦਾ ਹਾਂ, ਹਿਰਦੇ ਵਿੱਚ ਸੋਚਦਾ ਵੀ ਹਾਂ ਵਿਚਾਰਦਾ ਵੀ ਹਾਂ ਕਿ ਤੁਸੀਂ ਮੋਦੀ ਖਾਨੇ ਦਾ ਕੰਮ ਕਰ ਲਓਗੇ। ਚੱਲੀਏ ਨਵਾਬ ਪਾਸ ਮਿਲੀਏ ਆਵਾਸ ਤੇ। ਇਸ ਤਰ੍ਹਾਂ ਕਰੀਏ ਹੁਣ ਆਪਾਂ ਜਿਹੜਾ ਦੌਲਤ ਖਾਂ ਜਿਹੜਾ ਨਵਾਬ ਦੌਲਤ ਖਾਂ ਹੈ ਉਹਦੇ ਕੋਲ ਉਹਦੇ ਘਰ ਚੱਲੀਏ ਮੋਦੀ ਦਾ ਕੰਮ ਲੈਣ ਵਾਸਤੇ। ਕੀਜੈ ਨਾ ਬਿਲੰਬ ਅਬ ਭਲੋ ਦਿਨ ਆਜ ਕੋ। ਅੱਜ ਦਿਨ ਚੰਗਾ ਹੈ ਤੇ ਆਪਾਂ ਜਾ ਕੇ ਜਿਹੜਾ ਨਵਾਬ ਦੌਲਤ ਖਾਂ ਹੈ ਉਸਦੇ ਕੋਲੋਂ ਮੋਦੀ ਦਾ ਜਿਹੜਾ ਹਿਸਾਬ ਕਿਤਾਬ ਹੈ ਕਾਰਜ ਹੈ ਕੰਮ ਹੈ ਉਹ ਲੈ ਆਉਂਦੇ ਹਾਂ। ਸਵਈਆ ਦੌਲਤ ਖਾਨ ਕੇ ਪਾਉਣ ਗਏ ਪ੍ਰਭ। ਸਰ ਸੰਗਤ ਭਾਈ ਜੈ ਰਾਮ ਜੀ ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨਵਾਬ ਦੌਲਤ ਖਾਂ ਦੇ ਘਰ ਪੁੱਜੇ ਨੇ। ਜਾਏ ਮਿਲੇ ਸਭ ਬਾਤ ਜਨਾਏ। ਜਾ ਕੇ ਸਾਰੀ ਜੋ ਗੱਲ ਹੈ ਉਹ ਨਵਾਬ ਦੌਲਤ ਖਾਂ ਦੇ ਕੋਲ ਕੀਤੀ ਹੈ। ਨਾਨਕ ਰੂਪ ਨਿਹਾਰ ਨਵਾਬ। ਜੈ ਰਾਮ ਕਹਿਣ ਲੱਗਾ ਨਵਾਬ ਦੌਲਤ ਖਾਂ ਜੀ ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ ਜਿਨ੍ਹਾਂ ਨੂੰ ਤੁਸੀਂ ਵੇਖ ਰਹੇ ਹੋ। ਕਹੇ ਇਹ ਮੋਦੀ ਕੀ ਕਾਰ ਚਲਾਏ। ਇਹ ਮੋਦੀ ਦਾ ਕੰਮ ਕਰਨਗੇ। ਤਾਂ ਇਹ ਸੁਣ ਕੇ ਨਵਾਬ ਦੌਲਤ ਖਾਂ ਬੋਲਿਆ ਕਿ ਜੇ ਇਹ ਗੁਰੂ ਨਾਨਕ ਸਾਹਿਬ ਜੀ ਹਨ ਇਹ ਮੋਦੀ ਦਾ ਕੰਮ ਕਰ ਲੈਣਗੇ, ਇਹਨਾਂ ਨੂੰ ਹਿਸਾਬ ਕਿਤਾਬ ਕਰਨਾ ਆਉਂਦਾ ਹੈ। ਹੈ ਮਤਵਾਨ ਸੁਜਾਨ ਸਾਧੀ ਸਤ। ਤੇ ਉਸ ਵੇਲੇ ਨਵਾਬ ਦੌਲਤ ਖਾਂ ਕਹਿੰਦਾ ਵੇਖਣ ਵਾਸਤੇ ਤਾਂ ਬੜਾ ਭੋਲੇ ਸੁਭਾਅ ਦਾ ਲੱਗਦਾ ਹੈ ਤੇ ਮਤਵਾਨ ਵੀ ਲੱਗਦਾ ਹੈ। ਉਹ
ਕੋਸ਼ਿਸ਼ ਦੇਤ ਪਯੋ ਹਰ ਖਾਏ। ਪ੍ਰਸੰਨ ਹੋ ਕੇ ਨਵਾਬ ਦੌਲਤ ਖਾਨ ਨੇ ਇੱਕ ਪੁਸ਼ਾਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਦਿੱਤੀ। ਕਾਰ ਖੰਕੰ ਪੁਨ ਦੀਨ ਹਜ਼ਾਰ, ਫਿਰ 1000 ਰੁਪਏ ਉਸ ਵੇਲੇ ਇਸ ਦੌਲਤ ਖਾਨ ਨੇ ਦਿੱਤੇ ਨੇ। ਜੈ ਰਾਮ ਸਮੇਤ ਲਏ ਘਰ ਆਏ। ਉਸ ਵੇਲੇ ਉਹ 1000 ਰੁਪਏ ਤੇ 1 ਪੁਸ਼ਾਕ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਜੈ ਰਾਮ ਜੀ ਦੇ ਸਮੇਤ ਘਰ ਆ ਗਏ ਵਾਪਸ। ਪਾਇਓ ਤਬ ਬਹਿ ਆਨ, ਤਾਂ ਸਾਧ ਸੰਗਤ ਜੀ ਉਸ ਵੇਲੇ ਆ ਕੇ ਘਰ ਪਹੁੰਚੇ ਨੇ ਤੇ ਘਰ ਆ ਕੇ ਇੱਕ ਹੱਟੀ ਪਾ ਲਈ, ਉਹਦੇ ਵਿੱਚ ਸਮਾਨ ਰੱਖ ਲਿਆ। ਆਪਣ ਮਹਿ ਸੌਦਾ ਸਭ ਹੈ, ਉਸ 1000 ਰੁਪਏ ਦਾ ਸਾਰਾ ਸੌਦਾ ਲੈ ਕੇ ਆਂਦਾ। ਤੋਲ ਦੇਤ ਨਿਜ ਪਾਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੋਦੀ ਖਾਨਾ ਖੋਲ ਲਿਆ ਤੇ ਤੋਲ ਤੋਲ ਕੇ ਲੋਕਾਂ ਨੂੰ ਦੇ ਰਹੇ ਨੇ। ਲੈਣ ਹਾਰ ਜੋ ਆਵਸੀ, ਜੋ ਹੀ ਜਿਹੜਾ ਲੈਣ ਵਾਸਤੇ ਆਉਂਦਾ ਬਾਹਰੋਂ ਕੋਈ ਹੱਟੀ ਤੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹੱਟ ਤੇ ਬੈਠੇ ਨੇ, ਤੋਲ ਤੋਲ ਕੇ ਦੇ ਰਹੇ ਨੇ। ਦੋਹਰਾ ਆਇਸ ਲੇਕਰ ਸੁਸਾ ਕੀ, ਇਸ ਤਰ੍ਹਾਂ ਸਾਰ ਸੰਗਤ ਜੀ ਭੈਣ ਬੇਬੇ ਨਾਨਕੀ ਦੀ ਆਗਿਆ ਲੈ ਕੇ ਗੁਰੂ ਸਾਹਿਬ ਜੀ ਖਾਣ ਪਾਨ ਬਿਦ ਜੋਏ, ਜੋ ਵੀ ਖਾਣ ਪੀਣ ਦੇ ਘਰ ਦੇ ਵਿੱਚ ਪਦਾਰਥ ਹਨ, ਆਪਣ ਆਪਣੀ ਮਹਿ ਕਰਤ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਹੱਟੀ ਤੇ ਬੈਠੇ ਨੇ ਤੇ ਜੋ ਵੀ ਲੈਣ ਹਾਰ ਕੋਈ ਆਉਂਦਾ ਲੈਣ ਵਾਸਤੇ ਸੌਦਾ ਉਸ ਨੂੰ ਦੇ ਰਹੇ ਨੇ। ਜਿਮ ਰੁਚ ਚਿੱਤ ਮਹਿ ਹੋਏ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਨ ਵਿੱਚ ਖਾਣ ਪੀਣ ਪਦਾਰਥ ਪਹਿਨਣ ਦੀ ਜੋ ਵੀ ਰੁਚੀ ਹੁੰਦੀ ਹੈ ਉਹ ਸਤਿਗੁਰੂ ਪਾਤਸ਼ਾਹ ਜੀ ਲੈਂਦੇ ਨੇ। ਕਬਿਤ ਆਵਤ 1000 ਮੋਦੀ ਖਾਨੇ ਕੀ ਚਲਾਏ ਕਾ, ਇਧਰ ਸਾਰ ਸੰਗਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਰਪਾਲੂ ਪਾਤਸ਼ਾਹ ਜੀ ਮੋਦੀ ਖਾਨੇ ਵਿੱਚ ਬੈਠੇ ਨੇ, ਜੋ ਵੀ ਆਉਂਦਾ ਲੈਣ ਵਾਸਤੇ ਆਵਤ 1000 ਮੋਦੀ ਖਾਨੇ ਕੀ ਚਲਾਏ ਕਾਰ, ਗੁਰੂ ਨਾਨਕ ਦੇਵ ਮਹਾਰਾਜ ਜੀ ਮੋਦੀ ਖਾਨੇ ਦੀ ਕਾਰ ਚਲਾਉਂਦੇ ਨੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੈਣ ਵਾਸਤੇ ਆਉਂਦੇ ਨੇ ਲੋਕ। ਲੇਤ ਜੋ ਆਏ ਸੋ ਜਾਏ ਹੁਸਲਾਏ ਜਾਏ ਹੁਲਸਾਏ ਕੈ, ਜੋ ਵੀ ਲੈਣ ਵਾਸਤੇ ਆਉਂਦਾ ਤੇ ਬਹੁਤ ਪ੍ਰਸੰਨ ਹੋ ਕੇ ਖੁਸ਼ ਹੋ ਕੇ ਜਾਂਦਾ ਹੱਟੀ ਤੋਂ। ਗੋਦਮ ਕੋ ਚੁਨ ਮਾਖ ਦਾਰ ਲਾਉਣ ਖਿੱਤ ਬਹੁ, ਸੋ ਕਵੀ ਜੀ ਦੱਸਦੇ ਨੇ ਉਸ ਮੋਦੀ ਖਾਨੇ ਵਿੱਚ ਕਿਹੜੇ ਕਿਹੜੇ ਪਦਾਰਥ ਨੇ। ਕਹਿੰਦੇ ਗੋਦਮ ਕੋ ਚੂਨ, ਕਹਿੰਦੇ ਕਣਕ ਦਾ ਆਟਾ ਹੈ, ਮਾਂਹ ਦੀ ਦਾਲ ਹੈ, ਲੂਣ ਹੈ ਤੇ ਘਿਓ ਹੈ, ਹਰਦੀ ਮਿਰਚ ਦੋ ਧਰੇ ਹੈ ਮੰਗਾਏ ਕੇ, ਇਸੇ ਤਰ੍ਹਾਂ ਹਲਦੀ ਹੈ, ਮਿਰਚ ਹੈ ਇਤ ਆਦਿਕ, ਇਹ ਸਾਰੇ ਪਦਾਰਥ ਮੋਦੀ ਖਾਨੇ ਵਿਚ ਹੱਟੀ ਚ ਰੱਖੇ ਨੇ। ਫਾਨਤੀ ਸਤੋ ਪਲ ਸਿਤਾ ਸੋ ਗੁੜ ਆਦਿ, ਕਹਿੰਦੇ ਫਾਨਤੀ ਹੈ ਮਿਸ਼ਰੀ, ਮਿਸ਼ਰੀ ਹੈ ਸਿਤੋ ਪਲ ਨਾਮ ਹੈ ਖੰਡ ਦਾ, ਖੰਡ ਆਦਿਕ ਹੈ ਅਤੇ ਗੁੜ ਵੀ ਹੈ। ਜਉ ਚਣਕ ਜਵਨ ਕੇ ਅੰਬਰ ਰਾਖੇ ਲਾਇਕ ਹੈ, ਜਉ ਦਾ ਅਰਥ ਹੈ ਜੌ ਤੇ ਚਣਕ ਕਹਿੰਦੇ ਜਿਹੜੇ ਚਣੇ ਨੇ ਕਾਲੇ ਛੋਲੇ, ਅਤੇ ਜਵਨ ਜੌ ਆਦਿਕ ਦੇ ਅੰਬਾਰ ਢੇਰ ਲੱਗੇ ਨੇ ਇਹਨਾਂ ਪਦਾਰਥਾਂ ਦੇ। ਹੋਤ ਪੀਰ ਪਾਰੀ ਲੇਨ ਹਾਰ ਨਹਿ ਪਾਏ ਵਾਰੀ, ਖੱਟੀ ਤੇ ਬਹੁਤ ਲੋਕਾਂ ਦੀ ਲੈਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ ਹਰ ਹੋਜ। ਦੇਤ ਪੁਨ ਸਾਰੀ ਤੇ ਪਰਦੋਖ ਲੋ ਗਿਨਾਏ ਕੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਮੋਦੀ ਖਾਨੇ ਤੋਂ ਸਵੇਰ ਤੋਂ ਬੈਠ ਜਾਂਦੇ ਨੇ, ਸ਼ਾਮ ਤੱਕ ਲੋਕਾਂ ਦੀ ਲੈਣ ਲੱਗੀ ਰਹਿੰਦੀ ਹੈ, ਸਤਿਗੁਰੂ ਮਹਾਰਾਜ ਤੋਲ ਤੋਲ ਕੇ ਦੇ ਰਹੇ ਨੇ। ਸਵਈਆ ਜਾ ਬਿਦ ਦੇਖ ਬਿਸੇਖ ਆਨੰਦਤ, ਇਸ ਤਰ੍ਹਾਂ ਵੇਖ ਕੇ ਬਹੁਤ ਲੋਕ ਆਨੰਦ ਦੇ ਸਹਿਤ ਹੁੰਦੇ ਨੇ। ਦੰਪਤ ਸੰਪਤ ਭੂਰ ਪਏ ਤੇ, ਇਧਰ ਧੰਨ ਬੇਬੇ ਨਾਨਕੀ ਜੀ ਤੇ ਭਾਈ ਜੈ ਰਾਮ ਜੀ ਆਪਸ ਵਿਚ ਬੜੇ ਖੁਸ਼ ਨੇ ਇਹ ਵੇਖ ਕੇ। ਨਾਨਕੀ ਬੈਨ ਕਹਿ ਪਤੀ ਸੋ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਮੋਦੀ ਖਾਨੇ ਨੂੰ ਚਲਾ ਰਹੇ ਨੇ, ਹੱਟੀ ਤੇ ਬੈਠੇ ਨੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਲੈਣ ਵਾਸਤੇ ਆਉਂਦੇ ਨੇ। ਇਹ ਵੇਖ ਕੇ ਭੈਣ ਬੇਬੇ ਨਾਨਕੀ ਜੀ ਤੇ ਭਾਈ ਜੈ ਰਾਮ ਜੀ ਬਹੁਤ ਖੁਸ਼ ਨੇ। ਅਬ ਭਰਾਤ ਰੱਖੇ ਧਨ ਵਿਆਹੇ ਕਹੇ ਤੇ, ਤੇ ਬੇਬੇ ਨਾਨਕੀ ਜੀ ਆਖਦੇ ਨੇ ਭਾਈ ਜੈ ਰਾਮ ਜੀ ਨੂੰ ਕਿ ਹੁਣ ਭਰਾ ਗੁਰੂ ਨਾਨਕ ਸਾਹਿਬ ਜੀ ਆਪਣੇ ਵਿਆਹ ਲਈ ਧਨ ਦੌਲਤ ਜੋੜ ਕੇ ਰੱਖਣਗੇ। ਤੋਰ ਹੋ ਕੋ ਕਰ ਚਾਹੇ ਰੱਖੋ ਉਰ, ਇਸ ਲਈ ਭਾਈ ਜੈ ਰਾਮ ਜੀ ਨੂੰ ਬੇਬੇ ਨਾਨਕੀ ਜੀ ਕਹਿੰਦੇ ਨੇ ਕਿ ਪਤੀ ਦੇਵ ਜੀ ਹੁਣ ਗੁਰੂ ਨਾਨਕ ਸਾਹਿਬ ਜੀ ਜਵਾਨ ਹੋ ਗਏ ਨੇ, ਇਹਨਾਂ ਲਈ ਵਿਆਹ ਵਾਸਤੇ
ਟੋਰੋ ਕੋ ਘਰ ਕੋਈ ਵਧੀਆ ਘਰ ਰਿਸ਼ਤੇ ਲਈ ਲੱਭਣਾ ਕਰੋ ਹੋਏ ਬਰੋਬਰ ਜੋ ਮਿਲੇ ਤੇ ਜਿਹੜਾ ਬਰੋਬਰ ਦਾ ਘਰ ਹੋਵੇ ਨਾ ਜਿਵੇਂ ਬੰਦਗੀ ਵਿਚ ਜੁੜੇ ਰਹਿੰਦੇ ਨੇ ਬੰਦਗੀ ਵਾਲੀ ਰੂਹ ਹੈ ਅਤੇ ਸਭ ਕਾਰਜ ਕਰਦੇ ਨੇ ਇਹਨਾਂ ਦੇ ਯੋਗਤਾ ਲਈ ਘਰ ਵੇਖਣਾ ਕਰੋ ਕੋਈ ਵਧੀਆ ਕਾਲੂ ਪਿਤਾ ਹਰਖੈ ਸਭ ਪਾਤਿਨ ਤਰੀਕੇ ਦੇ ਨਾਲ ਪਿਤਾ ਮਹਿਤਾ ਕਾਲੂ ਜੀ ਵੇਖ ਕੇ ਬੜੇ ਪ੍ਰਸੰਨ ਹੋਣਗੇ ਖੁਸ਼ ਹੋਣਗੇ ਕਿ ਗੁਰੂ ਨਾਨਕ ਸਾਹਿਬ ਜੀ ਮੋਦੀ ਦੀ ਕਾਰ ਕਰਦੇ ਨੇ ਤਾਂ ਮਨ ਚਾਹੇ ਪੀ ਇਹਾਂ ਆਏ ਤੇ ਬੇਬੇ ਨਾਨਕੀ ਜੀ ਕਹਿੰਦੇ ਗੁਰੂ ਮਹਿਤਾ ਕਾਲੂ ਜੀ ਪ੍ਰਸੰਨ ਹੋਣਗੇ ਕਿਉਂਕਿ ਉਹਨਾਂ ਦੀ ਮਨ ਦੀ ਚਾਹਨਾ ਸੀ ਨਾ ਇੱਛਾ ਸੀ ਕਿ ਮੇਰਾ ਪੁੱਤਰ ਕੰਮ ਕਾਰਜ ਕਰੇ ਕੰਮ ਕਾਰਜ ਨਹੀਂ ਕਰਦਾ ਪਰ ਹੁਣ ਮੋਦੀ ਦਾ ਕਾਰਜ ਇਹਨਾਂ ਨੇ ਸ਼ੁਰੂ ਕਰ ਲਿਆ ਤੇ ਪਿਤਾ ਜੀ ਬਹੁਤ ਖੁਸ਼ ਹੋਣਗੇ ਵੇਖ ਕੇ ਦੋਹਰਾ ਸੁਣ ਬੋਲਿਓ ਜੈ ਰਾਮ ਤਬ ਬੇਬੇ ਨਾਨਕੀ ਜੀ ਦੇ ਕੋਲੋਂ ਸੁਣ ਕੇ ਭਾਈ ਜੈ ਰਾਮ ਜੀ ਬੋਲੇ ਕਰਨ ਲੱਗੇ ਹੈ ਕਾਰ ਹੁਣ ਗੁਰੂ ਨਾਨਕ ਸਾਹਿਬ ਜੀ ਮੋਦੀ ਦਾ ਕਾਰ ਕਰਨ ਲੱਗ ਗਏ ਨੇ ਕੋ ਖੱਤਰੀ ਅਬ ਦੇਖੇ ਕੈ ਹੁਣ ਕੋਈ ਖੱਤਰੀ ਵੇਖ ਕੇ ਕਰੇ ਹੈ ਵਿਆਹ ਵਿਚਾਰ ਵਿਚਾਰ ਕਰਕੇ ਵਿਆਹ ਕਰ ਦਿਆਂਗੇ ਇਹਦਾ ਜਾਂ ਕੋਈ ਖੱਤਰੀ ਪਰਿਵਾਰ ਵੇਖ ਲਵੇਗਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਕੰਮ ਕਾਰਜ ਲਾਗੇ ਨੇ ਕਰਨ ਵਾਸਤੇ ਕਬਿਤ ਅੰਗਦ ਜੀ ਗਤ ਦੈਨ ਸੁਨ ਇੱਕ ਰੈਨ ਵਿਖੇ ਐਸੇ ਸਰ ਸੰਗਤ ਭਾਈ ਬਾਲਾ ਜੀ ਆਖਦੇ ਨੇ ਹੁਣ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਸੁਣੋ ਇੱਕ ਦਿਨ ਬੈਠੇ ਸਾਂ ਮੈਂ ਉਚਾਰੇ ਬੈਨ ਵਿਦਾ ਮੋਹਿ ਦੀਜੀਏ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਸੁਣੋ ਇੱਕ ਦਿਨ ਇੱਕ ਰਾਤ ਦਾ ਸਮਾਂ ਸੀ ਰਾਤ ਦੇ ਸਮੇਂ ਮੈਂ ਬੈਠਾ ਸੀ ਭਾਈ ਬਾਲਾ ਜੀ ਕਹਿੰਦੇ ਦੂਸਰੇ ਗੁਰੂ ਨਾਨਕ ਸਾਹਿਬ ਜੀ ਸਨ ਭਾਈ ਬਾਲਾ ਜੀ ਕਹਿੰਦੇ ਮੈਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਹੁਣ ਆਪ ਜੀ ਮੋਦੀ ਦਾ ਕਾਰ ਕਰੋ ਇੱਥੇ ਮੋਦੀ ਦਾ ਕਾਰਜ ਕਰੋ ਹੱਟੀ ਤੇ ਬੈਠ ਕੇ ਤੇ ਕਿਰਪਾ ਕਰੋ ਹੁਣ ਮੈਨੂੰ ਵਿਦਾਇਗੀ ਦੇ ਦਿਓ ਆਗਿਆ ਦੇ ਦਿਓ ਧਾਮ ਹਮ ਜਾਏ ਕੈ ਕਿਰਸ਼ਾਨੀ ਕੋ ਕਮਾਏ ਖਾਏ ਭਾਈ ਬਾਲਾ ਕਹਿੰਦਾ ਮੈਂ ਆਗਿਆ ਮੰਗੀ ਕਿ ਮੈਂ ਘਰ ਜਾਣਾ ਤੇ ਘਰ ਜਾ ਕੇ ਮੈਂ ਜਿਹੜਾ ਕਿਰਸਾਨੀ ਦਾ ਕੰਮ ਹੈ ਉਹ ਕਰਾਂਗਾ ਕਰੈ ਕ੍ਰਿਤ ਆਪਣੀ ਕੋ ਜਾਹੀ ਤੇ ਸੁਹੀਜੀਏ ਤੁਸੀਂ ਆਪਣਾ ਕੰਮ ਇੱਥੇ ਕਰਨ ਲੱਗ ਗਏ ਹੱਟੀ ਤੇ ਬੈਠ ਕੇ ਮੈਂ ਜਾ ਕੇ ਘਰ ਵਿੱਚ ਕਿਸਾਨ ਦਾ ਕੰਮ ਕਰਦਾ ਹਾਂ ਆਪਣੇ ਹੱਥਾਂ ਦੇ ਨਾਲ ਆਪਣੀ ਕਿਰਤ ਕਰਾਂਗਾ ਕੋਮਲ ਕਪੋਲ ਪਰ ਕੁੰਡਲ ਹਰਤ ਬੋਲੇ ਜਦੋਂ ਭਾਈ ਬਾਲਾ ਜੀ ਨੇ ਸ਼ਬਦ ਕਹੇ ਗੁਰੂ ਨਾਨਕ ਸਾਹਿਬ ਜੀ ਨੂੰ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੋਮਲ ਕਪੋਲ ਪਰ ਕੁੰਡਲ ਹਾਲਤ ਬੋਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦਾ ਬਹੁਤ ਸੁੰਦਰ ਮੁਖੜਾ ਕਵੀ ਜੀ ਕਹਿੰਦੇ ਤੇ ਸੋਹਣੀਆਂ ਗੱਲਾਂ ਨੇ ਜਿਨ੍ਹਾਂ ਦੇ ਵਿੱਚ ਵਲ ਪੈਂਦੇ ਨੇ ਮਹਾਰਾਜ ਮੁਖ ਤੋਂ ਬੋਲੇ ਨੇ ਮਾਨੋ ਚੰਦ ਮੰਡਲ ਮੈਂ ਮੀਨ ਦੋ ਪਖੀਜੀਏ ਕਹਿੰਦੇ ਮਾਨੋ ਕੇ ਚੰਦ ਮੰਡਲ ਦੇ ਵਿੱਚ ਦੋ ਕਹਿੰਦੇ ਬਹੁਤ ਹੀ ਸੁੰਦਰ ਮਾਨੋ ਸੁੰਦਰ ਪਾਤਸ਼ਾਹ ਜੀ ਦਾ ਮੁਖ ਹੈ ਤੇ ਕੁੰਡਲ ਹਨ ਮੁੱਖ ਤੇ ਪਏ ਹੋਏ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਬੋਲੇ ਨੇ ਜਿਵੇਂ ਕਹਿੰਦੇ ਚੰਦ ਮੰਡਲ ਦੇ ਵਿੱਚ ਦੋ ਬਹੁਤ ਸੁੰਦਰ ਮੱਛੀਆਂ ਹੋਣ ਬਾਲੇ ਗੁਜਰਾਨ ਕਰ ਹਿਰਦੈ ਕਰ ਤਾਰ ਤਰ ਤਾਂ ਉਸ ਵੇਲੇ ਗੁਰੂ ਸਾਹਿਬ ਜੀ ਕੀ ਕਹੇ ਨੇ ਕਹਿਣ ਲੱਗੇ ਨੇ ਬਾਲੇ ਨੂੰ ਬਾਲਿਆ ਸੁਣ ਗੁਜਰਾਨ ਕਰ ਹਿਰਦੈ ਕਰ ਤਾਰ ਤਰ ਇੱਥੇ ਰਹਿ ਕੇ ਗੁਜ਼ਾਰਾ ਕਰ ਰੱਬ ਨੂੰ ਚੇਤੇ ਕਰ ਹਿਰਦੇ ਵਿੱਚ ਤੈਨੂੰ ਜਾਣ ਦੀ ਨੀ ਲੋੜ ਕਿਤੇ ਕੈਸੇ ਤੂੰ ਉਦਾਸ ਔਰ ਭੇਦ ਸੁਪਨੀਜੀਏ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਬਾਲਿਆ ਕਿਉਂ ਉਦਾਸ ਹੈ ਮਨ ਵਿੱਚ ਤੇਰੇ ਮਨ ਦੀ ਕੀ ਵਿਚਾਰ ਹੈ ਦੱਸ ਦੇ ਸਵਈਆ ਐਸੇ ਨਾ ਜਾਣ ਸੁਜਾਨ ਹਿਰਦੈ ਕ੍ਰਿਤ ਇਸ ਤਰ੍ਹਾਂ ਨਾ ਤੂੰ ਜਾਣ ਕਿ ਘਰ ਵਿੱਚ ਜਾ ਕੇ ਮੈਂ ਕਿਰਤ ਕਰਾਂਗਾ ਮੋਦੀ ਲਈ ਧਨ ਧਾਮ ਸੰਚਾਰੇ ਇੱਥੇ ਮੋਦੀ ਖਾਨਾ ਅਸੀਂ ਚਲਾ ਰਿਹਾ ਤੂੰ ਇੱਥੋਂ ਧਨ ਦੌਲਤ ਲੈ ਕੇ ਵਰਤ ਲਿਆ ਕਰ ਕੇਤਕ ਬਾਸਰ ਕਾਲ ਵਿਵਾਤ ਕਹਿੰਦੇ ਕੇਤਕ ਬਾਸਰ ਕਈ ਬਾਸਰ ਦਿਨ ਰਹਿ ਕੇ ਸਮਾਂ ਬਤੀਤ ਕਰਕੇ ਹੈ ਕਿਹੇ ਕਾਮ ਸੂ ਕਾਰ ਹਮਾਰੇ ਭਾਈ ਬਾਲਾ ਕਹਿੰਦਾ ਸੱਚੇ ਪਾਤਸ਼ਾਹ ਬੇਨਤੀ ਸੁਣੋ ਮੇਰੀ ਮੈਂ ਪਿੰਡ ਜਾਂਦਾ ਹਾਂ ਆਪਣੇ ਘਰ
ਮੈਨੂੰ ਕੁਝ ਕੰਮ ਹੈ ਘਰ ਵਿਚ, ਮੈਂ ਉਹ ਕੰਮ ਕਰਕੇ ਫਿਰ ਆ ਜਾਂਗਾ ਤੁਹਾਡੇ ਕੋਲ। ਜੋ ਕਰਨੀ ਕ੍ਰਿਤ ਸੋ ਕਰ ਹੈ, ਜੋ ਮੈਂ ਕੰਮ ਕਰਨਾ ਹੈ ਕਿਰਤ ਕਰਨੀ ਹੈ। ਜਬ ਆਨ ਚਲੇ ਤੁਝਲੇ ਸੰਗਾਰੇ, ਜਦੋਂ ਆਵਾਂਗੇ ਤੇ ਫਿਰ ਤੈਨੂੰ ਨਾਲ ਲੈ ਕੇ ਜਾਵਾਂਗੇ। ਵੈ ਗੁਜਰਾਨ ਹਮਾਰ ਤੁਮਾਰ, ਜਿਹੜਾ ਇਹ ਗੁਜ਼ਾਰਾ ਹੈ ਤੁਹਾਡਾ ਤੇ ਮੇਰਾ ਇੱਕੋ ਹੀ ਹੈ ਪਾਤਸ਼ਾਹ ਜੀ ਕਹਿੰਦੇ। ਮਿਲੇ ਕਰੀਏ ਇਹ ਕਾਰ ਪਿਆਰੇ, ਭਾਈ ਬਾਲਾ ਜੀ ਇੱਥੇ ਰਹੋ ਸਾਡੇ ਕੋਲ, ਇੱਥੇ ਰਹਿ ਕੇ ਸਾਰਾ ਕਾਰਜ ਆਪਾਂ ਮੋਦੀ ਦਾ ਕਰਦੇ ਹਾਂ। ਦੋਹਰਾ ਅਸ ਕਹਿ ਮਮ ਮਨ ਕਰਖ ਲਈਏ, ਤਾਂ ਉਸ ਵੇਲੇ ਭਾਈ ਬਾਲਾ ਕਹਿੰਦਾ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ ਇਹ ਸ਼ਬਦ ਕਹੇ ਕਿ ਇੱਥੇ ਰਹਿ ਸਾਡੇ ਕੋਲ ਰਹਿ, ਇੱਥੇ ਰਹਿ ਕੇ ਭਜਨ ਬੰਦਗੀ ਕਰ, ਭਾਈ ਬਾਲਾ ਕਹਿੰਦਾ ਇਸ ਤਰ੍ਹਾਂ ਕਹਿ ਕੇ ਮੇਰਾ ਮਨ ਗੁਰੂ ਸਾਹਿਬ ਜੀ ਨੇ ਖਿੱਚ ਲਿਆ। ਨਿਕਟ ਰੱਖਣ ਕੇ ਹੇਤ, ਗੁਰੂ ਸਾਹਿਬ ਜੀ ਨੇ ਮੈਨੂੰ ਆਪਣੇ ਕੋਲ ਹੀ ਰੱਖ ਲਿਆ ਮਹਾਰਾਜ ਜੀ ਨੇ। ਤਜ ਨਾ ਸਕੋ ਦਰਸ਼ਨ, ਐਸਾ ਮੇਰਾ ਮਨ ਖਿੱਚਿਆ ਮੈਂ ਹੱਥ ਜੋੜ ਕੇ ਆਖਿਆ ਗੁਰੂ ਸਾਹਿਬ ਮੈਂ ਤੁਹਾਨੂੰ ਛੱਡ ਨਹੀਂ ਸਕਦਾ, ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾ ਨਹੀਂ ਰਹਿ ਸਕਦਾ। ਸਫਲ ਸ੍ਰੀ ਬੇਦੀ ਕੁਲ ਕੇਤ, ਇਹ ਬੇਦੀ ਕੁਲ ਦੇ ਚੰਦਰਮਾ ਸ੍ਰੀ ਸਤਿਗੁਰੂ ਮਹਾਰਾਜ ਮੈਂ ਤੁਹਾਡੇ ਕੋਲ ਰਹਿ ਕੇ ਕਾਰਜ ਕਰਾਂਗਾ। ਸੋਠਾ ਮੈਂ ਬੋਲਿਓ ਕਰ ਬੰਦ, ਭਾਈ ਬਾਲਾ ਕਹਿੰਦਾ ਮੈਂ ਹੱਥ ਜੋੜ ਕੇ ਬੋਲਿਆ ਗੁਰੂ ਸਾਹਿਬ ਜੀ ਅੱਗੇ, ਤੁਮ ਰਜਾਏ ਮਾਨੋ ਸਦਾ, ਮਹਾਰਾਜ ਮੈਂ ਤੁਹਾਡੀ ਆਗਿਆ ਵਿੱਚ ਹੀ ਹਾਂ ਸਦਾ। ਇਹ ਵਰ ਦੇਹੋ ਮੁਕੰਦ, ਇਹ ਮੁਕਤੀ ਦਾਤਾ ਸਤਿਗੁਰੂ ਮੈਨੂੰ ਇਹ ਵਰ ਦਿਓ। ਭੂਲ ਨਾ ਪ੍ਰਤਕੂਲੋ ਕਦਾ, ਮਹਾਰਾਜ ਮੈਂ ਆਪ ਜੀ ਨੂੰ ਨਾ ਭੁੱਲਾਂ, ਰੱਬ ਦਾ ਨਾਮ ਮੈਨੂੰ ਭੁੱਲੇ ਨਾ, ਮੈਂ ਤੁਹਾਡੀ ਆਗਿਆ ਵਿੱਚ ਹੀ ਰਹਾਂ ਸਦਾ, ਮੈਨੂੰ ਇਹ ਵਰ ਦਿਓ ਮੇਰੇ ਤੇ ਬਖਸ਼ਿਸ਼ ਕਰੋ। ਬਾਲੇ ਤੂੰ ਮਮ ਮ੍ਰਿਤ ਮਿੱਤਰ, ਮਹਾਰਾਜ ਜੀ ਕਹਿਣ ਲੱਗੇ ਭਾਈ ਬਾਲਿਆ ਤੂੰ ਸਾਡਾ ਮਿੱਤਰ ਹੈ, ਸਤ ਵਿਖੇ ਨਿਤ ਮਤ ਦ੍ਰਿੜ ਹੈ, ਤੇਰਾ ਜਿਹੜਾ ਮਨ ਹੈ ਸਦਾ ਹੀ ਵਾਹਿਗੁਰੂ ਦੇ ਵਿੱਚ ਦ੍ਰਿੜ ਰਹੇਗਾ, ਸਦਾ ਹੀ ਵਾਹਿਗੁਰੂ ਦੇ ਵਿੱਚ ਰਤਿਆ ਰਹੇਗਾ। ਇਹ ਬਚ ਰੱਖੋ ਚਿੱਤ, ਇਹ ਮਨ ਵਿੱਚ ਇਹ ਸਾਡੇ ਬਚਨ ਚੇਤੇ ਰੱਖੀ, ਜਨਮ ਮਰਨ ਤੇ ਮੁਕਤ ਹੋਵੇ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਭਾਈ ਬਾਲਿਆ ਮਨ ਵਿੱਚ ਚਿੱਤ ਵਿੱਚ ਮਨ ਵਿੱਚ ਇਹ ਗੱਲ ਚੇਤੇ ਰੱਖੀ, ਤੇਰਾ ਜਨਮ ਮਰਨ ਨਹੀਂ ਹੈ। ਅਸ ਸੁਨ ਪਦ ਅਰਬਿੰਦ, ਤੂੰ ਸਦਾ ਹੀ ਮੁਕਤ ਹੈ। ਮਹਾਰਾਜ ਜੀ ਨੇ ਸ਼ਬਦ ਕਹੇ ਭਾਈ ਬਾਲੇ ਨੂੰ ਪ੍ਰਸੰਨ ਹੋ ਕੇ, ਤੂੰ ਮੁਕਤ ਹੈ ਤੇਰਾ ਜਨਮ ਮਰਨ ਕੋਈ ਨਹੀਂ ਅੱਗੇ। ਇਹ ਜਦੋਂ ਬਚਨ ਸੁਣੇ ਭਾਈ ਬਾਲੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਕੜ ਲਏ। ਮੈਂ ਬੰਦੇ ਕਰ ਬੰਦ ਦੋ, ਭਾਈ ਬਾਲਾ ਕਹਿੰਦਾ ਦੋਨੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਮੈਂ ਸੀਸ ਰੱਖ ਦਿੱਤਾ। ਕਹਿ ਜੂ ਕ੍ਰਿਤ ਬਖਸ਼ਿੰਦ, ਇਹ ਕਿਰਪਾਲੂ ਬਖਸ਼ਿੰਦ ਸਤਿਗੁਰੂ ਮਹਾਰਾਜ ਜੋ ਤੁਸੀਂ ਕਹਿੰਦੇ ਹੋ ਜੋ ਤੁਹਾਡੀ ਆਗਿਆ ਮੈਂ ਉਹੀ ਕਰਾਂਗਾ। ਕਰਨ ਲੱਗਿਓ ਪੁਨਕਾਰ ਸੋ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਿਲ ਕੇ ਭਾਈ ਬਾਲਾ ਕਹਿੰਦਾ ਮੈਂ ਵੀ ਕਿਰਤ ਕਰਨ ਲੱਗ ਗਿਆ। ਅਪਰ ਥਾਨ ਤੇ ਆਣ, ਕਹਿੰਦੇ ਹੋਰ ਥਾਵਾਂ ਤੋਂ ਜਿਹੜਾ ਸੌਦਾ ਹੈ, ਸੌਦਾ ਆਪਣ ਮੈਂ ਤਰਾਂ, ਮੈਂ ਵੀ ਗੁਰੂ ਸਾਹਿਬ ਜੀ ਦੀ ਆਗਿਆ ਪਾ ਕੇ ਜਿਹੜਾ ਸੌਦਾ ਹੋਰ ਥਾਂ ਤੋਂ, ਕਹਿੰਦੇ ਖੰਡ ਲੂਣ ਘਿਓ ਆਦਿਕ ਹੋਰ ਥਾਂ ਤੋਂ ਲੈ ਕੇ ਆਉਣਾ ਹੁੰਦਾ ਸੀ, ਚੱਕ ਕੇ ਮੈਂ ਉਸ ਹੱਟੀ ਦੇ ਵਿੱਚ ਲਿਆਉਂਦਾ ਸੀ। ਆਪਨ ਕਿਦੋ ਨਿਦਾਨ ਹੋਤ, ਜਦੋਂ ਆਪਨ ਉਸ ਹੱਟੀ ਦੇ ਉੱਪਰ ਕੋਈ ਸੌਦਾ ਘਟ ਜਾਂਦਾ ਸੀ ਫਿਰ ਮੈਂ ਬਾਹਰੋਂ ਜਾ ਕੇ ਲੈ ਕੇ ਆਉਂਦਾ। ਟੋਟਹਿ ਵਸਤ ਸਭ, ਇਸ ਤਰ੍ਹਾਂ ਹੱਟੀ ਸਮਾਨ ਦੇ ਨਾਲ ਪਦਾਰਥਾਂ ਦੇ ਨਾਲ ਸੌਦੇ ਨਾਲ ਭਰੀ ਰਹਿੰਦੀ ਸੀ। ਦੋਹਰਾ ਜਾਚਕ ਕਰ ਹੈ ਜਾਚਨਾ, ਸੋ ਇਸ ਤਰ੍ਹਾਂ ਕਵੀ ਜੀ ਦੱਸਦੇ ਨੇ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਮੋਦੀ ਦਾ ਕਾਰ ਇਹ ਜਿਹੜਾ ਹੱਟੀ ਤੇ ਬੈਠੇ ਸਤਿਗੁਰੂ ਮਹਾਰਾਜ ਮੋਦੀ ਖਾਨੇ ਦੀ ਕਾਰ ਕਰ ਰਹੇ ਨੇ। ਜਾਚਕ ਕਰ ਹੈ ਅਨੇਕ ਜਾਚਨਾ, ਕਹਿੰਦੇ ਅਨੇਕਾਂ ਜਿਹੜੇ ਜਾਚਕ ਕਰ ਹੈ ਜਾਚਨਾ, ਬਹੁਤੇ ਜਿਹੜੇ ਮੰਗਤੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲੋਂ ਆ ਕੇ ਮੰਗਦੇ ਨੇ। ਪਾਵੇ ਹੈ ਪਰਮ ਪ੍ਰਸਾਦ, ਬਹੁਤ ਪਦਾਰਥ ਸੌਦਾ ਪਾਉਂਦੇ ਨੇ ਮਹਾਰਾਜ ਜੀ ਦੇ ਕੋਲੋਂ ਆ ਕੇ ਪ੍ਰਸੰਨ ਹੋ ਕੇ ਜਾਂਦੇ ਨੇ। ਸੁਣ ਸੁਣ ਆਵੇ ਹੈ ਅਨੇਕ ਪੁੰਨ, ਅਨੇਕਾਂ ਲੋਕ ਸੁਣ ਸੁਣ ਕੇ ਜਦੋਂ ਲੋਕਾਂ ਨੂੰ ਪਤਾ ਲੱਗਦਾ ਕਿ ਸੁਲਤਾਨਪੁਰ ਸਾਹਿਬ ਦੀ ਪਾਵਨ ਧਰਤੀ ਤੇ ਧੰਨ ਕਿਰਪਾਲੂ ਗੁਰੂ ਨਾਨਕ ਦੇਵ ਮਹਾਰਾਜ ਜੀ ਮੋਦੀ ਖਾਨੇ ਦੀ ਕਾਰ ਚਲਾ ਰਹੇ ਨੇ, ਇਹ ਸੁਣ ਸੁਣ ਕੇ ਦੂਰੋਂ ਦੂਰੋਂ
ਲੋਕ ਆਉਣ ਲੱਗ ਪਏ। ਦੇਵਹਿ ਸਭਨ ਅਨਾਦ, ਧੰਨ ਗੁਰੂ ਨਾਨਕ ਦੇਵ ਮਹਾਰਾਜ ਬੇਅੰਤ ਲੋਕਾਂ ਨੂੰ ਇਸ ਤਰ੍ਹਾਂ ਅੰਨ ਆਦਿਕ ਦੇ ਰਹੇ ਨੇ। ਆਸਨਹੀਨ ਬਸਨੰ ਨਗਨ, ਇਹਦੇ ਜੀ ਦੇ ਕੋਲ ਆਸਨ ਆਸਨਹੀਨ ਵਸਤਰਾਂ ਤੋਂ ਹੀਣ ਹੈ, ਆਸਨ ਭੋਜਨ ਤੋਂ ਹੀਣ ਹੈ, ਜਾਂ ਕਿਸੇ ਕੋਲ ਵਸਤਰ ਨਹੀਂ, ਮਹਾਰਾਜ ਉਸ ਨੂੰ ਵਸਤਰ ਦਿੰਦੇ ਨੇ। ਕਰਤ ਅਰਥ ਨਾ ਜਾਉਣ, ਕਹਿੰਦੇ ਜਿਸ ਤਰ੍ਹਾਂ ਕੋਈ ਵੀ ਲੋੜਵੰਦ ਹੁੰਦਾ ਨਾ, ਉਸ ਨੂੰ ਮਹਾਰਾਜ ਉਸੇ ਤਰ੍ਹਾਂ ਦਾ ਪਦਾਰਥ ਦਿੰਦੇ ਨੇ। ਸ਼ੂਸ਼ਾ ਬਹੁਰ ਨਾ ਜਾਵਈ, ਜਿਹੜਾ ਇੱਕ ਵਾਰ ਮਹਾਰਾਜ ਜੀ ਦੇ ਕੋਲ ਆ ਜਾਂਦਾ ਫਿਰ ਖਾਲੀ ਨਹੀਂ ਜਾਂਦਾ। ਆਵਤ ਜੋ ਪਾਉਣ, ਜੋ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਭਾਵ ਮੋਦੀ ਖਾਨੇ ਵਿਚ ਆ ਜਾਂਦਾ। ਸਵਈਆ ਦੌਲਤ ਖਾਨ ਕੋ ਥੋਰੋ ਉਠਾਵਣ, ਕਹਿੰਦੇ ਦੌਲਤ ਖਾਨ ਦੇ ਕੋਲੋਂ ਥੋੜਾ ਹੀ ਜਿਹੜਾ ਧਨ ਦੌਲਤ ਉਠਾਉਂਦੇ ਨੇ ਮਹਾਰਾਜ। ਤਾਹੇ ਤੇ ਹੋਤ ਵਿਸ਼ੇਖ ਹੀ ਦਾਨਾ, ਕਹਿੰਦੇ ਜੇ ਦੌਲਤ ਖਾਨ ਥੋੜਾ ਖਰਚਾ ਚੁੱਕੇ ਤਦ ਹੀ ਕਹਿੰਦੇ ਬਹੁਤਾ ਦਾਨ ਦਿੱਤਾ ਜਾ ਸਕਦਾ ਹੈ। ਕੀਰਤੀ ਕੋ ਸੁਨਤਾਵਤ ਆਵਤ, ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕੀਰਤੀ ਦੂਰ ਦੂਰ ਤੱਕ ਫੈਲਦੀ ਆ ਮੋਦੀ ਖਾਨੇ ਦੀ ਕਾਰ ਦੀ, ਤਾਂ ਦੂਰੋਂ ਦੂਰੋਂ ਲੋਕ ਦੌੜ ਦੌੜ ਕੇ ਆਉਂਦੇ ਨੇ ਸੁਣ ਸੁਣ ਕੇ। ਪਾਵਤ ਸੋ ਅਰਥੀ ਅਨੁਮਾਨਾ, ਇਹਨੇ ਮਨ ਪਾਉਂਦਾ ਜਿਹੜੇ ਲੋੜਵੰਦ ਲੋਕ ਨੇ, ਜੇ ਕਿਲੇ ਕਿਸੇ ਕੋਲ ਵਸਤਰ ਨਹੀਂ ਨੰਗਾ ਹੈ ਵਸਤਰ ਲੈ ਕੇ ਜਾਂਦਾ, ਕੋਈ ਭੋਜਨ ਕੋਈ ਖੰਡ ਘਿਓ ਆਦਿਕ ਲੈ ਕੇ ਜਾਂਦਾ ਮਹਾਰਾਜ ਜੀ ਕੋਲੋਂ। ਚੂਣ ਤੇ ਲਾਉਣ ਕਿਰਦਾਤ ਤੇ ਵੱਥ, ਜਿਹੜੇ ਕਹਿੰਦੇ ਪਦਾਰਥ ਨੇ ਵਸਤੂਆਂ ਨੇ, ਕਹਿੰਦੇ ਕਿਸੇ ਨੂੰ ਆਟੇ ਦੀ ਲੋੜ ਹੈ, ਕਿਸੇ ਨੂੰ ਲੂਣ ਘਿਓ ਆਦਿਕ ਦੀ ਲੋੜ ਹੈ। ਅੰਤਰ ਚੀਰ ਤਰੇ ਵਿਦ ਨਾਨਾ, ਕਹਿੰਦੇ ਇਸ ਤਰ੍ਹਾਂ ਮੋਦੀ ਖਾਨੇ ਦੇ ਵਿੱਚ ਹੱਟੀ ਦੇ ਵਿੱਚ ਬਹੁਤ ਤਰ੍ਹਾਂ ਦੇ ਪਦਾਰਥਾਂ ਦੇ ਢੇਰ ਲੱਗੇ ਨੇ। ਅੰਤਰ ਚੀਰ ਕਹਿੰਦੇ ਵਸਤਰ ਆਦਿਕ ਬਿਆਨ ਤਰ੍ਹਾਂ ਦੇ ਨੇ। ਜਾ ਵਸਤੂ ਕੋ ਨਿਕਾਰ ਕਹਿ ਦੇਵਤ, ਕਹਿੰਦੇ ਇਸ ਤਰ੍ਹਾਂ ਅੰਦਰੋਂ ਵਸਤੂਆਂ ਕੱਢ ਕੱਢ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਲੋੜਵੰਦਿਆਂ ਨੂੰ ਵਰਤਾਈ ਜਾ ਰਹੇ ਨੇ। ਸੋ ਨਾ ਕਟੈ ਉਤਨੀ ਠਹਿਰਾਨਾ, ਕਹਿੰਦੇ ਇੰਨੇ ਪਦਾਰਥ ਨੇ ਮੋਦੀ ਖਾਨੇ ਦੇ ਵਿੱਚ ਪਏ, ਲੋਕੀ ਸਾਰਾ ਦਿਨ ਹਜ਼ਾਰਾਂ ਦੀ ਗਿਣਤੀ ਵਿੱਚੋਂ ਦੂਰ ਦੂਰ ਨੇੜੇ ਨੇੜੇ ਤੋਂ ਲੋਕ ਆਉਂਦੇ ਨੇ, ਗੁਰੂ ਸਾਹਿਬ ਜੀ ਕੱਢ ਕੱਢ ਕੇ ਕਿਸੇ ਨੂੰ ਵਸਤਰ ਘਿਓ ਖੰਡ ਪਦਾਰਥ ਦੇ ਰਹੇ ਨੇ। ਅੰਦਰੋਂ ਕਹਿੰਦੇ ਇੰਨੇ ਪਦਾਰਥ ਨੇ ਮੁਕਦੇ ਨਹੀਂ। ਦੋਹਰਾ ਕੀਰਤ ਪਸਰੀ ਪੁਰ ਸਰਬ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚਾਰੇ ਪਾਸੇ ਵਡਿਆਈ ਫੈਲ ਗਈ ਹੈ। ਘਰ ਘਰ ਭੀ ਭਰਪੂਰ, ਘਰਾਂ ਘਰਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੀ ਵਡਿਆਈ ਫੈਲ ਚੁੱਕੀ ਹੈ। ਕਿਦੋ ਚੰਦ ਕੀ ਚਾਂਦਨੀ, ਇਹਦੇ ਮਾਨੋ ਚੰਦਰਮਾ ਦੀ ਇੱਕ ਚਾਂਦਨੀ ਹੈ। ਜਿਉ ਚਕੋਰ ਪ੍ਰਿਯ ਰੂਰ, ਇਹਦੇ ਜਿਵੇਂ ਮਾਨੋ ਚੰਦ ਦੀ ਚਾਂਦਨੀ ਚਕੋਰ ਨੂੰ ਲੁਭਾਏਮਾਨ ਕਰ ਲੈਂਦੀ ਹੈ, ਇਸ ਤਰ੍ਹਾਂ ਕਹਿੰਦੇ ਧੰਨ ਗੁਰੂ ਨਾਨਕ ਮਹਾਰਾਜ ਜੀ ਮਾਨੋ ਚੰਦਰਮੇ ਦੀ ਤਰ੍ਹਾਂ ਨੇ, ਜਿਹੜੇ ਲੋਕ ਦੂਰੋਂ ਦੂਰੋਂ ਲੈਣ ਵਾਸਤੇ ਆਉਂਦੇ ਨੇ ਮਾਨੋ ਚਕੋਰ ਦੀ ਨਿਆਈ ਹਨ। ਮਾਸ ਮਾਸ ਲੇਖਾ ਹੋਵੇ ਸਤ ਸੰਗਤ ਜੀਓ, ਗੁਰੂ ਸਾਹਿਬ ਜੀ ਦੌਲਤ ਨਵਾਬ ਖੋਹਾਂ ਦੇ ਕੋਲੋਂ ਲੈ ਕੇ ਆਉਂਦੇ ਨੇ ਜੋ ਧਨ ਆਦਿਕ, ਤੇ ਮਾਸ ਮਾਸ ਲੇਖਾ ਹੋਵੇ, ਜਿਹੜਾ ਦੌਲਤ ਖਾਂ ਦੇ ਨਾਲ ਲੇਖਾ ਜੋਖਾ ਹੈ ਉਹ ਇੱਕ ਮਹੀਨੇ ਦਾ ਹੁੰਦਾ, ਇੱਕ ਮਹੀਨੇ ਬਾਅਦ ਸਾਰਾ ਲੇਖਾ ਜੋਖਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਦੌਲਤ ਇਸ ਨਵਾਬ ਦੌਲਤ ਖਾਨ ਦੇ ਨਾਲ ਜਾਹੇ ਵਹੀ ਲੇ ਹੱਥ, ਕਹਿੰਦੇ ਇਸ ਤਰ੍ਹਾਂ ਹੱਥ ਵਿੱਚ ਵਹੀ ਲੈ ਕੇ ਗੁਰੂ ਨਾਨਕ ਸਾਹਿਬ ਜੀ ਜਾਂਦੇ ਨੇ ਹਿਸਾਬ ਕਿਤਾਬ ਕਰਨ ਵਾਸਤੇ ਨਵਾਬ ਦੌਲਤ ਖਾਨ ਦੇ ਨਾਲ। ਸੰਖਿਆ ਕਰ ਸਭ ਦਿਵਸ ਕੀ, ਕਹਿੰਦੇ ਸਾਰੇ ਦਿਨਾਂ ਦਾ ਜਿਹੜਾ ਲੇਖਾ ਜੋਖਾ ਪੂਰਾ ਇਕੱਠਾ ਲਿਖ ਕੇ ਬੈਸਹਿ ਲੇਖਕ ਸਾਥ, ਕਹਿੰਦੇ ਇਸ ਤਰ੍ਹਾਂ ਲੇਖਕ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਕ ਮਹੀਨੇ ਬਾਅਦ ਨਵਾਬ ਦੌਲਤ ਖਾਂ ਦੇ ਨਾਲ ਹਿਸਾਬ ਕਿਤਾਬ ਕਰਨ ਵਾਸਤੇ ਵਹੀ ਨਾਲ ਲੈ ਕੇ ਜਾਂਦੇ ਨੇ। ਜਬ ਜਬ ਲੇਖਾ ਹੋਏ, ਕਹਿੰਦੇ ਜਦੋਂ ਜਦੋਂ ਵੀ ਇੱਕ ਮਹੀਨੇ ਬਾਅਦ ਲੇਖਾ ਹੁੰਦਾ ਤਬ ਤਬ ਵਾਧਾ ਨਿਕਸਈ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਵੱਲ ਵਾਧਾ ਹੀ ਨਿਕਲਦਾ ਹੈ। ਬਿਸਮੈ ਮਨ ਸੁਣ ਲੋਏ, ਬਹੁਤੇ ਲੋਕ ਵੇਖ ਕੇ ਹੈਰਾਨ ਹੁੰਦੇ ਨੇ, ਹੈਰਾਨ ਇਸ ਕਰਕੇ ਹੁੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਤਾਂ ਕੋਈ ਪੈਸੇ ਦੇਵੇ ਕੋਈ ਨਾ ਦੇਵੇ ਕਿਸੇ ਨੂੰ ਖਾਲੀ ਮੋੜਦੇ ਨਹੀਂ, ਇਹ ਵੇਖ ਕੇ ਲੋਕ
ਲੋਕ ਹੈਰਾਨ ਹੁੰਦੇ ਨੇ, ਕੋ ਕੋ ਕਰੇ ਈਰਖਾ, ਕਈ ਤਾਂ ਬਹੁਤ ਖੁਸ਼ ਹੁੰਦੇ ਨੇ ਤੇ ਕਈ ਜਿਹੜੇ ਨਿਰਸ਼ਰਦਕ ਲੋਕ ਨੇ ਉਹ ਈਰਖਾ ਕਰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਤਰੇ ਤਾਈ। ਨਹਿ ਜਾਣੈ ਮਤ ਮੰਦ, ਇਹ ਲੋਕ ਮੰਦੀ ਮਤ ਵਾਲੇ ਜਾਣਦੇ ਨਹੀਂ। ਇਹ ਕਰਤਾਰ ਸਰੂਪ ਹੈ, ਇਹ ਨੀ ਜਾਣਦੇ ਕਿ ਰੱਬ ਦਾ ਸਰੂਪ ਨੇ, ਉਸ ਈਸ਼ਰ ਵਾਹਿਗੁਰੂ ਦਾ ਸਰੂਪ ਨੇ ਗੁਰੂ ਨਾਨਕ ਦੇਵ ਮਹਾਰਾਜ। ਮੰਦੀ ਮਤ ਵਾਲੇ ਕਈ ਲੋਕ ਇਹ ਜਾਣਦੇ ਨਹੀਂ, ਈਰਖਾ ਕਰਨ ਵਾਲੇ। ਆਨੰਦ ਕੰਧ ਮੁਕੰਦ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਨੰਦ ਦੇ ਦਾਤੇ ਨੇ ਤੇ ਮੁਕਤੀ ਨੂੰ ਦੇਣ ਵਾਲੇ ਨੇ। ਜਾ ਕੋ ਕਛ ਅਚਰਜ ਨਹੀਂ, ਇਹਦੇ ਜਿਨ੍ਹਾਂ ਨੂੰ ਕੋਈ ਅਚਰਜ ਨਹੀਂ ਇਸ ਤਰ੍ਹਾਂ। ਸੁਧ ਨਹਿ ਦੌਲਤ ਖਾਨ, ਇਹਦੇ ਸਰ ਸੰਗਤ ਸੁਧ ਨਹਿ ਦੌਲਤ ਖਾਨ। ਲੋਕ ਕੀ ਸੋਚਦੇ ਨੇ ਮਨ ਵਿੱਚ, ਇਹ ਸੋਚਦੇ ਨੇ, ਕਵੀ ਜੀ ਦੱਸਦੇ ਨੇ, ਸੁਧ ਨੇ ਦੌਲਤ ਖਾਂ। ਲੋਕੀ ਗੱਲਾਂ ਕਰਦੇ ਨੇ, ਕਹਿੰਦੇ ਦੌਲਤ ਖਾਂ ਨਵਾਬ ਨੂੰ ਤਾਂ ਖਬਰ ਨਹੀਂ ਹੈ, ਬਾਦ ਦਰਬ ਕੋ ਖੋਵਈ, ਕਹਿੰਦੇ ਵਿਅਰਥ ਹੀ ਗੁਰੂ ਨਾਨਕ ਸਾਹਿਬ ਹੱਟੀ ਤੇ ਬੈਠਾ ਏ, ਧਨ ਖਰਾਬ ਕਰ ਰਹੇ ਨੇ, ਲੋਕਾਂ ਨੂੰ ਵੰਡੀ ਜਾ ਰਹੇ ਨੇ। ਦੌਲਤ ਖਾਂ ਨੂੰ ਇਹ ਗੱਲ ਦਾ ਪਤਾ ਨਹੀਂ, ਘਾਟਾ ਹੋਏ ਨਿਦਾਨ, ਪਰ ਜਿਸ ਵੇਲੇ ਦੌਲਤ ਖਾਂ ਨੂੰ ਘਾਟਾ ਪਏਗਾ, ਗਹਿਓ ਜਾਏ ਦੁੱਖ ਪਾਵਈ, ਇਹਦੇ ਜਦੋਂ ਇਹ ਨਾਨਕ ਦੇਵ ਜੀ ਫੜੇ ਗਏ ਨਾ ਕਿ ਘਾਟਾ ਪੈ ਗਿਆ, ਦੌਲਤ ਖਾਂ ਨੂੰ ਪਤਾ ਲੱਗ ਗਿਆ, ਜਦੋਂ ਪਕੜੇ ਗਏ ਉਦੋਂ ਪਛਤਾਉਣਗੇ। ਕੋ ਅਸ ਕਰਤ ਉਚਾਰ, ਇਹਦੇ ਇਸ ਤਰ੍ਹਾਂ ਕੋਈ ਤਾਂ ਇਸ ਤਰ੍ਹਾਂ ਮਨ ਵਿੱਚ ਗੱਲਾਂ ਕਰਦਾ, ਸੋਚਦਾ, ਵਿਚਾਰਾਂ ਕਰਦਾ ਹੈ। ਕੋਇਕ ਭਾਖਤ ਅਪਰ ਗਤ, ਕੋਈ ਹੋਰ ਤਰ੍ਹਾਂ ਕਹਿ ਰਿਹਾ, ਕੋਈ ਹੋਰ ਤਰੀਕੇ ਨਾਲ ਸੋਚ ਰਿਹਾ, ਕੋਈ ਈਰਖਾ ਦੇ ਨਾਲ ਸੋਚ ਰਿਹਾ ਮਨ ਵਿੱਚ। ਤੇ ਜਿਹੜੇ ਸ਼ਰਧਾ ਵਾਲੇ ਨੇ, ਦੇਵਤ ਦਾਨ ਉਦਾਰ, ਕਹਿੰਦੇ ਜਿਹੜੇ ਸ਼ਰਧਾ ਵਾਲੇ ਨੇ ਨਾ, ਉਹ ਆਖਦੇ ਨੇ ਕਿਰਪਾਲੂ ਰੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਇਹਨਾਂ ਕੋਲ ਕੋਈ ਗਰੀਬ ਆਏ ਅਮੀਰ ਆਏ ਇੱਕ ਬਰਾਬਰ ਤੋਲ ਕੇ ਦਿੰਦੇ ਨੇ, ਬਰਕਤ ਜਾਤੇ ਅਧਿਕ ਹੈ, ਕਹਿੰਦੇ ਇਸ ਕਰਕੇ ਸਾਰਿਆਂ ਨੂੰ ਵੰਡ ਕੇ ਦਿੰਦੇ ਨੇ, ਇਸ ਕਰਕੇ ਬਰਕਤ ਹੈ ਇਹਨਾਂ ਦੇ ਹੱਥਾਂ ਦੇ ਵਿੱਚ। ਸਵਈਆ ਜਾਚਕ ਕੇਤਕ ਦਾਨ ਕੋਲੇ, ਸਰ ਸੰਗ ਜੀ ਇਸ ਤਰ੍ਹਾਂ ਬਹੁਤੇ ਜਿਹੜੇ ਜਾਕਤ ਜਾਚਕ ਨੇ, ਮੰਗਤੇ ਨੇ ਭਿਖਾਰੀ ਲੈਣ ਵਾਸਤੇ, ਗੁਰੂ ਨਾਨਕ ਸਾਹਿਬ ਜੀ ਦੇ ਦਰ ਇਸ ਮੋਦੀ ਖਾਨੇ ਵਿਚ ਆਉਂਦੇ ਨੇ। ਤਲਵੰਡੀ ਗਏ ਨੁਤਪੂਰ ਉਚਾਰੀ, ਇਹਦੇ ਜਿਹੜੇ ਲੋਕ ਮਹਾਰਾਜ ਜੀ ਦੇ ਕੋਲੋਂ ਪਦਾਰਥ ਧਨ ਦੌਲਤ ਕੱਪੜਾ ਲੈ ਕੇ ਜਾਂਦੇ ਨੇ, ਤਾਂ ਉਹਨਾਂ ਨੇ ਜਾ ਕੇ ਤਲਵੰਡੀ ਦੀ ਧਰਤੀ ਭਾਵ ਸਾਬੋ ਕੀ ਤਲਵੰਡੀ ਵਿਖੇ ਸਰ ਸੰਗਤ ਜੀ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਨੁੱਤ ਉਸਤਤ ਕੀਤੀ ਹੈ। ਮੋਦੀ ਪਯੋ ਨਿਰਪ ਦੌਲਤ ਖਾਨ ਕੋ, ਕਹਿੰਦੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾਲੂ ਪਾਤਸ਼ਾਹ, ਦੌਲਤ ਨਵਾਬ ਦੌਲਤ ਖਾਨ ਦੇ ਮੋਦੀ ਬਣ ਗਏ ਨੇ। ਦਾਨ ਕੋ ਦੈਨ ਕਰਿਓ ਪ੍ਰਣ ਪਾਰੀ, ਕਹਿੰਦੇ ਇਸ ਤਰ੍ਹਾਂ ਰਾਏ ਭੋਏ ਦੀ ਤਲਵੰਡੀ ਤੇ ਜਾ ਕੇ ਉੱਥੇ ਜਾ ਕੇ ਲੋਕੀ ਉਸਤਤ ਕਰਦੇ ਨੇ। ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਮਹਿਤਾ ਕਾਲੂ ਜੀ ਦੇ ਪੁੱਤਰ ਨੇ ਜਿਹੜੇ, ਉਹ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਨਵਾਬ ਦੌਲਤ ਖਾਂ ਦੇ ਮੋਦੀ ਬਣ ਗਏ ਨੇ, ਲੋਕਾਂ ਨੂੰ ਤੋਲ ਤੋਲ ਕੇ ਪਦਾਰਥ ਦਿੰਦੇ ਨੇ, ਹੱਟੀ ਤੇ ਬੈਠੇ ਨੇ। ਨੰਗ ਸ਼ੁਦਾ ਤੁਰ ਦੇਖ ਸਕੈ ਨਹੀਂ, ਕਹਿੰਦੇ ਇੰਨੇ ਕਿਰਪਾਲੂ ਨੇ, ਇੰਨੇ ਦਯਾਵਾਨ ਨੇ, ਜੇ ਕਿਸੇ ਕੋਲੇ ਵਸਤਰ ਨੀ, ਜੇ ਕੋਈ ਭੁੱਖਾ ਹੈ ਖਾਣ ਵੱਲੋਂ, ਉਹ ਵੇਖ ਨੀ ਸਕਦੇ, ਦਿੰਦੇ ਨੇ। ਸੰਪਤ ਬ੍ਰਿਧ ਪਈ ਸੁਖਕਾਰੀ, ਕਹਿੰਦੇ ਬਹੁਤ ਸੁੱਖਾਂ ਦੇ ਦਾਤੇ ਨੇ, ਸਾਰਿਆਂ ਨੂੰ ਵਸਤਰ ਭੋਜਨ ਪਦਾਰਥ ਦੇ ਰਹੇ ਨੇ। ਉਨਮਤੀ ਕ੍ਰਿਤ ਧਨਵਤੀ ਜਿਹੇ, ਕਹਿੰਦੇ ਫੇਰ ਜਿਹੜੇ ਬਹੁਤੇ ਧਨਾੜ ਨੇ, ਜਾਚਕ ਭੀਰ ਹੈ ਤਾਹੇ ਕੇ ਦੁਆਰੀ, ਕਹਿੰਦੇ ਮੋਦੀ ਖਾਨੇ ਵਿਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਬਹੁਤ ਭੀੜ ਰਹਿੰਦੀ ਹੈ ਲੋਕਾਂ ਦੀ। ਜਾਚਕ ਜੇ ਤਲਵੰਡੀ ਹੁਤੇ ਸਭ, ਜਿਹੜੇ ਰਾਏ ਭੋਏ ਦੀ ਤਲਵੰਡੀ ਦੇ ਰਹਿਣ ਵਾਲੇ ਕੋਈ ਗਰੀਬ ਸਨ, ਜਦੋਂ ਉਹਨਾਂ ਨੂੰ ਪਤਾ ਲੱਗਿਆ, ਆਵਤ ਭੇ ਧਨ ਲੈਣ ਕੀ ਆਸਾ, ਧਨ ਦੌਲਤ ਪਦਾਰਥ ਵਸਤਰ ਲੈਣ ਵਾਸਤੇ ਇੱਛਾ ਧਾਰ ਕੇ ਉਹ ਰਾਏ ਭੋਏ ਦੀ ਤਲਵੰਡੀ ਤੋਂ ਲੈਣ ਵਾਸਤੇ ਇੱਥੇ ਆਉਂਦੇ ਨੇ। ਜੋ ਜਿਸ ਜਾਚਨਾ ਆਨ ਕਰੀ ਤਸ, ਜੋ ਵੀ ਕਿਸੇ ਨੇ ਆ ਕੇ ਜਾਚਨਾ ਕੀਤੀ ਗੁਰੂ ਨਾਨਕ ਸਾਹਿਬ ਜੀ ਕੋਲੋਂ, ਪਾਵਤ ਭੇ ਗਏ ਕੋ ਨਾ ਨਿਰਾਸਾ, ਕੋਈ ਵੀ ਨਿਰਾਸਾ ਨੀ ਜਾਂਦਾ ਮੋਦੀ ਖਾਨੇ
ਖਜ਼ਾਨੇ ਵਿੱਚੋਂ ਲੈ ਕੇ ਜਾਂਦਾ ਕੁਝ। ਕੀਰਤ ਕੋ ਸੁਨ ਰਾਏ ਬੁਲਾਰ, ਇਹ ਤਾਂ ਰਾਏ ਭੋਏ ਦੀ ਤਲਵੰਡੀ ਤੇ ਰਾਜੇ ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਕੰਨਾਂ ਦੁਆਰਾ ਉਸਤਤ ਸੁਣੀ ਹੈ। ਅਨੰਦਤ ਪ੍ਰਾਪਤ ਜਿਉਂ ਸੁਖ ਰਾਸਾ, ਭਾਵਨਾ ਵਾਲਾ ਇਹ ਰਾਜਾ ਰਾਏ ਬੁਲਾਰ ਸੁਣ ਕੇ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ। ਸੋਚ ਵਿਮੋਚਨ ਸਾਰਸ ਲੋਚਨ, ਇਹਦੇ ਮਨ ਵਿੱਚ ਸੋਚਦਾ ਹੈ ਕਿਰਪਾਲੂ ਨੇ ਦਾਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਰੂਪ ਬਿਲੋਕਨ ਚਾਹਤ ਪਾਸਾ। ਰਾਏ ਬੁਲਾਰ ਨੇ ਜਦੋਂ ਉਸਤਤ ਸੁਣੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਮਨ ਵਿੱਚ ਇੱਛਾ ਜਾਗੀ ਮੈਂ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਾਂ। ਸ਼੍ਰੋਣ ਮੇ ਕਾਲੂ ਸੁਣੀ ਸੁਤ ਕੀ ਨੁਤ, ਇਧਰ ਸ੍ਰੀ ਮਹਿਤਾ ਕਾਲੂ ਜੀ ਨੇ ਜਦੋਂ ਰਾਏ ਭੋਏ ਦੀ ਤਲਵੰਡੀ ਵੇਖੇ ਆਪਣੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਸੁਣੀ, ਚਿਤ ਲਖੀ ਬਿਤ ਲੇ ਕਮਾਈ। ਹੁਣ ਸਰ ਸੰਗਤ ਜੀਓ, ਮਹਿਤਾ ਕਾਲੂ ਜੀ ਦਾ ਸੁਭਾਅ ਉਸ ਤਰ੍ਹਾਂ ਦਾ ਹੈ, ਉਹਨਾਂ ਨੇ ਸੋਚਿਆ ਕਿ ਇਹ ਤਾਂ ਮੋਦੀ ਖਾਨੇ ਦੀ ਕਾਰ ਚਲਾਉਂਦੇ ਨੇ, ਨਵਾਬ ਦੌਲਤ ਖਾਨ ਦੇ ਕੋਲ ਬਹੁਤਾ ਧਨ ਇਕੱਠਾ ਕਰ ਲਿਆ ਹੋਵੇਗਾ ਉਹਨਾਂ ਨੇ ਤਾਂ। ਤਪਦ ਪੂਰ ਉਧਾਰ ਇਹ ਤਨ, ਇਹਦੇ ਬਹੁਤਾ ਧਨ ਲੋਕਾਂ ਨੂੰ ਵੰਡਦੇ ਨੇ, ਧਨ ਪਦਾਰਥ ਆਦਿਕ ਕੋਲ ਰੱਖਿਆ ਜਿਨ੍ਹਾਂ ਨੇ, ਏਡਾ ਵੱਡਾ ਮੋਦੀ ਦਾ ਕਾਰ ਉਹਨਾਂ ਨੇ ਉੱਥੇ ਜਾ ਕੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਮੇਰੇ ਪੁੱਤਰ ਨਾਨਕ ਨੇ ਕੀਤੀ ਹੈ, ਬਹੁਤਾ ਧਨ ਇਕੱਠਾ ਕੀਤਾ ਹੋਵੇਗਾ ਫਿਰ ਤਾਂ। ਰਾਖਣ ਕੀ ਮਤ ਤਾਹੇ ਨਾ ਆਈ, ਪਰ ਫੇਰ ਵੀ ਸੋਚਦੇ ਨੇ ਮਹਿਤਾ ਕਾਲੂ ਜੀ, ਇੱਥੇ ਰਹਿ ਕੇ ਮੇਰੀ ਨੀ ਮੰਨੀ ਉਹਨਾਂ ਨੇ, ਉੱਥੇ ਸ਼ਾਇਦ ਕੋਈ ਧਨ ਦੌਲਤ ਕੋਲੇ ਨੀ ਰੱਖਿਆ ਹੋਵੇਗਾ, ਲੋਕਾਂ ਨੂੰ ਵੰਡਦੇ ਹੋਣਗੇ। ਹਉ ਅਬ ਜਾਇ ਕੇ ਦਿਓ ਸਿਆਣਪ, ਮਹਿਤਾ ਕਾਲੂ ਜੀ ਸੋਚਦੇ ਹਨ ਉੱਥੇ ਬੈਠੇ, ਕਹਿੰਦੇ ਮੈਂ ਜਾਣਾ ਸੁਲਤਾਨਪੁਰ ਸਾਹਿਬ, ਉੱਥੇ ਜਾ ਕੇ ਪੁੱਤਰ ਨੂੰ ਸਮਝਾ ਕੇ ਆਵਾਂਗਾ ਕਿ ਪੁੱਤਰ ਧਨ ਦੌਲਤ ਇਕੱਠਾ ਵੀ ਕਰੀਦਾ ਹੁੰਦਾ। ਆਨੇ ਹੋ ਜੇਤੋ ਕਿਓ ਇਕਠਾਈ, ਜਿੰਨਾ ਕੁ ਇਕੱਠਾ ਹੋਵੇਗਾ ਕੱਤਾ ਕੀਤਾ ਹੋਵੇਗਾ ਪੁੱਤਰ ਨੇ, ਉਨਾ ਕੁ ਮੈਂ ਇੱਥੇ ਲੈ ਕੇ ਆਵਾਂਗਾ। ਐਸੇ ਵਿਚਾਰ ਕੇ ਤਿਆਰ ਪਿਓ, ਇਸ ਤਰ੍ਹਾਂ ਵਿਚਾਰ ਕੇ ਮਹਿਤਾ ਕਾਲੂ ਜੀ ਤਿਆਰ ਹੋ ਗਏ ਨੇ। ਮਿਲਣੇ ਹਿੱਤ ਜਾਵਤ ਭਾ ਟਿਗਰਾਈ, ਇਸ ਤਰ੍ਹਾਂ ਰਾਜੇ ਰਾਏ ਬੁਲਾਰ ਨੂੰ ਪਹਿਲਾਂ ਮਿਲਣ ਵਾਸਤੇ ਗਏ ਨੇ ਮਹਿਤਾ ਕਾਲੂ ਜੀ। ਹਉ ਸੁਲਤਾਨਪੁਰੇ ਸੁਧ ਲੇਵਨ, ਸ੍ਰੀ ਮਹਿਤਾ ਕਾਲੂ ਜੀ ਰਾਏ ਬੁਲਾਰ ਨੂੰ ਕਹਿੰਦੇ, ਰਾਏ ਬੁਲਾਰ ਜੀ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਤਰ ਨੂੰ ਮਿਲਣ ਵਾਸਤੇ ਖਬਰਸਾਰ ਲੈਣ ਵਾਸਤੇ ਚੱਲਿਆ ਸੁਲਤਾਨਪੁਰ ਸਾਹਿਬ ਨੂੰ। ਆਇਸ ਦੇਹੋ ਕਰੋ ਗਵਨਾ, ਇਹ ਰਾਜਾ ਜੀ ਮੈਨੂੰ ਆਗਿਆ ਦਿਓ ਮੈਂ ਜਾਣਾ ਕਰਾਂ। ਰਾਏ ਕਹੇ ਹਿਤ ਸੋ ਮਿਲੀਏ, ਰਾਜਾ ਰਾਏ ਬੁਲਾਰ ਕਹਿਣ ਲੱਗਾ ਮਹਿਤਾ ਕਾਲੂ ਜੀ ਪੁੱਤਰ ਨੂੰ ਬਹੁਤ ਪਿਆਰ ਭਾਵਨਾ ਦੇ ਨਾਲ ਮਿਲੋ ਜਾ ਕੇ। ਨਾਕ ਬੋਲ ਭਨੋ ਮੁਖ ਤੇ ਕਵਨਾ, ਉਹਨਾਂ ਨੂੰ ਕੋਈ ਕਰੜੇ ਸ਼ਬਦ ਨਾ ਕਹਿਣ ਵਾਲੇ ਸ਼ਬਦ ਨਾ ਕਹਿਓ ਜਾ ਕੇ ਉੱਥੇ। ਮੋਹ ਦਿਸ ਤੇ ਸਿਰ ਪੈ ਕਰ ਫੇਰੋ, ਰਾਏ ਬੁਲਾਰ ਕਹਿੰਦਾ ਮੇਰੇ ਵੱਲੋਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਸੀਸ ਤੇ ਹੱਥ ਫੇਰਨਾ। ਪ੍ਰੀਤ ਸੋ ਕੰਠ ਕਰੋ ਲਵਨਾ, ਰਾਜਾ ਰਾਏ ਬੁਲਾਰ ਭਾਵਨਾ ਵਾਲਾ ਕਹਿਣ ਲੱਗਾ ਮਹਿਤਾ ਕਾਲੂ ਜੀ ਮੇਰੇ ਵੱਲੋਂ ਵੀ ਗਲਵਕੜੀ ਵਿਚ ਲੈਣਾ ਗੁਰੂ ਨਾਨਕ ਸਾਹਿਬ ਜੀ ਨੂੰ। ਸ਼੍ਰੋਣਨ ਮੈਂ ਸੁਨ ਬੰਧਨ ਕੀਨ, ਇਸ ਤਰ੍ਹਾਂ ਕੰਨਾਂ ਦੁਆਰਾ ਸੁਣ ਕੇ ਨਮਸਕਾਰ ਕੀਤੀ ਹੈ ਜੀ। ਮੁਕੰਦ ਪਿਤਾ ਪੁਨ ਗਾ ਪਵਨਾ, ਸਾਰ ਸੰਗਤ ਜੀ ਇਸ ਤਰ੍ਹਾਂ ਮੁਕਤੀ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਤਾ ਮਹਿਤਾ ਕਾਲੂ ਜੀ ਘਰ ਗਏ ਨੇ ਰਾਜੇ ਦੇ ਕੋਲੋਂ। ਮਾਤ ਸੰਦੇਸ਼ ਦੇ ਅਸੂਆ ਪਰ, ਮਾਤਾ ਤ੍ਰਿਪਤਾ ਜੀ ਦਾ ਸੰਦੇਸ਼ਾ ਲਿਆ ਹੈ ਸਰ ਸੰਗਤ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਤਾ ਮਹਿਤਾ ਕਾਲੂ ਜੀ ਘਰ ਗਏ, ਜਾ ਕੇ ਤ੍ਰਿਪਤਾ ਜੀ ਨੂੰ, ਮਾਤਾ ਤ੍ਰਿਪਤਾ ਜੀ ਨੂੰ ਦੱਸਿਆ ਕਿ ਮੈਂ ਪੁੱਤਰ ਨਾਨਕ ਦੇਵ ਜੀ ਨੂੰ ਮਿਲਣ ਵਾਸਤੇ ਚੱਲਿਆ ਹਾਂ, ਤੇ ਮਾਤਾ ਜੀ ਨੇ ਵੀ ਘਰ ਵਿੱਚੋਂ ਸੰਦੇਸ਼ਾ ਦਿੱਤਾ, ਸੁਨੇਹਾ ਦਿੱਤਾ। ਤਾਤ ਕੋ ਮੋਹ ਹਿਰਦੈ ਮੈਂ ਕਨੇਰਾ, ਜਿਸ ਮਾਤਾ ਤ੍ਰਿਪਤਾ ਜੀ ਦੇ ਮਨ ਵਿੱਚ ਪੁੱਤਰ ਦਾ ਬਹੁਤਾ ਪਿਆਰ ਹੈ। ਕਾਲੂ ਤਬ ਹੈ ਮਧੁਰਾ ਨਹਿਲੈ, ਤਦੋਂ ਸਾਧ ਸੰਗਤ ਜੀ ਮਹਿਤਾ ਕਾਲੂ ਜੀ ਨੇ ਮਠਿਆਈ ਲਈ ਹੈ ਕੋਲ। ਸਕਟਾ ਜੁਰਵਾਏ ਕੈ ਬੈਲਨ ਪ੍ਰੇਰਾ, ਇਹਦੇ ਗੱਡੇ ਦੇ ਨਾਲ ਬਲਦਾਂ ਨੂੰ ਜੋੜਿਆ ਤੇ ਚੱਲ ਪਏ ਨੇ। ਪੰਥ ਕੋ ਸ਼ੋਰ ਸਬੈ ਕ੍ਰਮ ਸੋ, ਇਸ ਤਰ੍ਹਾਂ ਕਹਿੰਦੇ ਕਰਮ ਵਾਰ ਰਸਤਾ ਛੱਡਦੇ ਹੋਏ ਸੁਲਤਾਨਪੁਰ ਸਾਹਿਬ ਨੂੰ ਆ ਰਹੇ ਨੇ। ਪੁਨ ਪ੍ਰਤਾਪ ਪੁਨ ਪ੍ਰਾਪਤ ਭਾਸੁਤ ਆਪਨ ਹੇਰਾ, ਸਾਧ ਸੰਗਤ ਜੀ ਸੁਲਤਾਨਪੁਰ ਸਾਹਿਬ ਦੀ ਪਾਵਨ ਧਰਤੀ ਤੇ ਪੁੱਜ ਗਏ ਨੇ ਸ੍ਰੀ ਮਹਿਤਾ ਕਾਲੂ ਜੀ। ਠਾਂਡ ਕੀਓ ਸਕਟਾ ਤਹਿ ਥਾਨ, ਕਹਿੰਦੇ ਇੱਥੇ ਸੁਲਤਾਨਪੁਰ ਸਾਹਿਬ ਦੇ ਨੇੜੇ ਆ ਕੇ ਆਪਣੇ ਗੱਡੇ ਨੂੰ ਰੋਕ ਦਿੱਤਾ। ਤਰੈ ਉਤਰਿਓ ਉਰ ਮੋਹ ਵਧੇਰਾ, ਬਹੁਤ ਮੋਹ ਧਾਰ ਕੇ ਸ੍ਰੀ ਮਹਿਤਾ ਕਾਲੂ ਜੀ
ਸਰ ਸੰਗਤ ਜੀਓ, ਸੁਲਤਾਨਪੁਰ ਸਾਹਿਬ ਦੀ ਪਾਵਨ ਧਰਤੀ ਤੇ ਉਤਰੇ ਨੇ। ਆਪਣਾ ਗੱਡਾ ਇੱਕ ਪਾਸੇ ਰੋਕਿਆ ਹੈ, ਬਲਦ ਬੰਨੇ ਨੇ। ਹੁਣ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਸ੍ਰੀ ਮਹਿਤਾ ਕਾਲੂ ਜੀ ਮਿਲਦੇ ਨੇ, ਉਹ ਅਗਲਾ ਇਤਿਹਾਸ ਪਾਉਣ ਵਾਲੇ ਦੀਵਾਨਾਂ ਵਿੱਚ ਸੁਣਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਅਣਜਾਣ ਹੋਣ ਕਰਕੇ ਅਨੇਕ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਮਹਾਰਾਜ ਆਪ ਗੁਰੂ ਕੀ ਸੰਗਤ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ ਭੁੱਲਾਂ ਦੀ ਖਿਮਾ, ਅੱਗੇ ਵਾਸਤੇ ਸਮਤ ਬਖਸ਼ਣੀ, ਲੇਖਾ ਕਤੈ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਆਓ ਹੁਣ ਆਪ ਜੀ ਨੂੰ ਸਾਧ ਸੰਗਤ ਜੀ ਸਾਡੇ ਪਾਸ ਸਤਿਕਾਰਯੋਗ ਢਾਡੀ ਜਥਾ ਪਹੁੰਚਿਆ ਹੈ, ਉਹ ਆਪ ਸੰਗਤਾਂ ਨੂੰ ਜੁਲਾਈ ਦਾ ਮਹੀਨਾ ਰੋਜ਼ਾਨਾ ਦੀਵਾਨਾਂ ਦੇ ਵਿੱਚ ਹਰ ਰੋਜ਼ ਸ਼ਾਮ ਦੇ ਦੀਵਾਨਾਂ ਵਿੱਚ ਢਾਡੀ ਵਾਰਾਂ ਰਾਹੀਂ ਇਤਿਹਾਸ ਸਰਵਣ ਕਰਾਇਆ ਕਰਨਗੇ। ਗੁਰਮ ਪਿਆਰੇ ਪਹੁੰਚੇ ਨੇ, ਸਮੂਹ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਇਸ ਸਤਿਕਾਰਯੋਗ ਢਾਡੀ ਜਥੇਦਾਰ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਆਓ ਪਿਆਰ ਸਹਿਤ ਉਹਨਾਂ ਪਾਸੋਂ ਢਾਡੀ ਵਾਰਾਂ ਰਾਹੀਂ ਪਾਵਨ ਇਤਿਹਾਸ ਸਰਵਣ ਕਰੀਏ, ਭੁੱਲਾਂ ਦੀ ਖਿਮਾ ਜੀ ਆਖੋ ਗੱਜ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।